ਦੋਸਤੋ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਕੋਸ਼ਿਸ਼ ਹੁੰਦੀ ਹੈ ਉਹਨਾਂ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਜੋ ਕਿ ਇੰਟਰਨੈਸ਼ਨਲ ਡੋਮੇਨ ਦੇ ਉੱਤੇ ਇੰਟਰਨੈਸ਼ਨਲ ਪੱਧਰ 'ਤੇ ਗੰਭੀਰ ਵਿਸ਼ੇ ਬਣੇ ਹੋਏ ਹਨ। ਔਰ ਜਦ ਇਹਨਾਂ ਵਿਸ਼ਿਆਂ ਦੀ ਗੱਲ ਹੁੰਦੀ ਹੈ ਤਾਂ ਇਸ ਮੰਚ ਨੂੰ ਤਿਆਰ ਕੀਤਾ ਜਾਂਦਾ ਔਰ ਇਸ ਮੰਚ ਦੇ ਉੱਤੇ ਉਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਔਰ ਵਿਚਾਰ ਰੱਖੇ ਜਾਂਦੇ ਹਨ, ਤਰਕ ਵੀ ਸੁਣਨ ਨੂੰ ਮਿਲਦੇ ਹਨ। ਕਈ ਸਿਆਸਤਦਾਨ ਜਦ ਆਉਂਦੇ ਹਨ ਤਾਂ ਇੱਕ ਦੂਜੇ ਦੇ ਉੱਤੇ ਤੰਜ ਵੀ ਕੱਸਦੇ ਹਨ, ਲੇਕਿਨ ਕੋਸ਼ਿਸ਼ ਹੁੰਦੀ ਹੈ ਕਿ ਇੱਕ ਰੋਡ ਮੈਪ ਤਿਆਰ ਕੀਤਾ ਜਾ ਸਕੇ। ਅਤੇ ਅੱਜ ਵੀ ਇੱਕ ਅਜਿਹਾ ਗੰਭੀਰ ਵਿਸ਼ਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਔਰ ਇਸ ਵਿਸ਼ੇ ਦੇ ਉੱਤੇ ਅਸੀਂ ਤੁਹਾਡੇ ਵੀ ਵਿਚਾਰ ਜ਼ਰੂਰ ਜਾਣਨੇ ਚਾਹਾਂਗੇ। ਅਸੀਂ ਕਈ ਮੁੱਦਿਆਂ ਦੇ ਉੱਤੇ ਗੱਲ ਕਰ ਲਈ, ਕਈ ਵੱਖ ਵੱਖ ਮਸਲਿਆਂ ਦੇ ਉੱਤੇ ਗੱਲ ਕਰ ਲਈ, ਭਾਵੇਂ ਉਹ ਮਸਲਾ ਧਾਰਮਿਕ ਹੁੰਦਾ, ਸਮਾਜਿਕ ਹੁੰਦਾ ਅਤੇ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜਿਆ ਹੁੰਦਾ, ਤਾਂ ਆਪਾਂ ਉਹ ਇਸ ਮੰਚ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਆਏ ਹਾਂ। ਲੇਕਿਨ ਅੱਜ ਜਸ ਬ੍ਰੋਡਕਾਸਟਿੰਗ ਦੀ ਟੀਮ ਨੇ ਇਹ ਸੋਚਿਆ ਕਿ ਜਿਸ ਵਿਸ਼ੇ ਨੂੰ ਲਿਆਉਣਾ ਇਸ ਮੰਚ ਦੇ ਉੱਤੇ ਜ਼ਰੂਰੀ ਸੀਗਾ, ਉਸ ਦੇ ਉੱਤੇ ਵਿਚਾਰ ਕੀਤਾ ਜਾ ਸਕੇ। ਕਿੰਨੇ ਸਾਲਾਂ ਤੋਂ ਔਰ ਕਿੰਨੇ ਹਰਡਲਸ ਪਾਰ ਕਰਕੇ ਮੈਨੂੰ ਪਤਾ ਕਿ ਜਿਹੜੇ ਵਿਊਅਰਸ ਇਸ ਟਾਈਮ ਸਾਨੂੰ ਵੇਖ ਰਹੇ ਨੇ ਉਹ ਅਮੈਰੀਕਾ ਦੀ ਧਰਤੀ 'ਤੇ ਆ ਕੇ ਵਸੇ, ਮਿਹਨਤ ਕੀਤੀ, ਕਾਮਯਾਬ ਹੋਏ। ਲੇਕਿਨ ਕਈ ਅਜਿਹੇ ਵੀ ਸਾਡੇ ਭਰਾ ਨੇ ਪੰਜਾਬ ਦੇ ਵਿੱਚ ਵਸਦੇ ਜੋ ਕਿ ਸੁਪਨਾ ਸੋਚਦੇ ਹਨ ਇਸ ਧਰਤੀ ਦੇ ਉੱਤੇ ਆਉਣ ਦੇ ਲਈ। ਔਰ ਰਿਪੋਰਟ, ਮੀਡੀਆ ਰਿਪੋਰਟਸ ਇਹ ਵੀ ਦੱਸਦੀ ਹੈ ਕਿ ਅੱਧਾ ਪੰਜਾਬ ਖਾਲੀ ਹੋ ਚੁੱਕਿਆ ਹੈ ਨੌਜਵਾਨਾਂ ਤੋਂ, ਕਿਉਂਕਿ ਉਹਨਾਂ ਨੂੰ ਹੁਣ ਕਰੇਜ਼ ਹੈਗਾ ਅਮੈਰੀਕਾ ਜਾ ਕੇ ਵਸਣ ਦਾ, ਯਾਨੀ ਕਿ ਇਸ ਧਰਤੀ ਦੇ ਉੱਤੇ ਆ ਕੇ ਵਸਣ ਦਾ, ਕੈਨੇਡਾ ਜਾ ਕੇ ਵਸਣ ਦਾ। ਹਰ ਕੋਈ ਵਿਦੇਸ਼ ਵੱਲ ਭੱਜਣਾ ਚਾਹੁੰਦਾ। ਇੱਕ ਪਾਸੇ ਅਸੀਂ ਸੋਚਦੇ ਕਿ ਅਸੀਂ ਪੰਜਾਬ ਨੂੰ ਬਚਾਉਣਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਹੀ ਰਹਿੰਦਾ ਨੌਜਵਾਨ ਕਹਿੰਦਾ ਕਿ ਮੈਂ ਪੰਜਾਬ 'ਚ ਨਹੀਂ ਰਹਿਣਾ। ਤਾਂ ਫਿਰ ਆਪਣੇ ਡ੍ਰੀਮਸ ਨੂੰ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਚਾਹ ਹੁੰਦਾ ਕਿ ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਵਸੀਏ ਔਰ ਕਾਮਯਾਬ ਹੋਈਏ, ਡਾਲਰ ਕਮਾਈਏ। ਜਦ ਇਹ ਸੋਚ ਉਹਨਾਂ ਦੇ ਜ਼ਿਹਨ ਦੇ ਵਿੱਚ ਆਉਂਦੀ ਹੈ ਤਾਂ ਫਿਰ ਉਹ ਨੱਠ ਭੱਜ ਸ਼ੁਰੂ ਕਰਦੇ ਹਨ। ਨੱਠ ਭੱਜ ਦੇ ਵਿੱਚ ਉਹਨਾਂ ਨੂੰ ਕਈ ਅਜਿਹੇ ਟਰੈਵਲ ਏਜੰਟ ਮਿਲਦੇ ਹਨ, ਕਈ ਅਜਿਹੇ ਦੋਸਤ ਮਿਲਦੇ ਹਨ ਜੋ ਉਹਨਾਂ ਨੂੰ ਸਲਾਹ ਦਿੰਦੇ ਹਨ ਕਿ ਤੁਸੀਂ ਐਵੇਂ ਕਰ ਲਓ ਅਤੇ ਐਵੇਂ ਹੋ ਜਾਏਗਾ। ਕਈ ਤਾਂ ਸਾਡੇ ਭਰਾ ਪੜ੍ਹੇ ਲਿਖੇ ਸਕਾਲਰਸ ਜੋ ਕਿ ਪੰਜਾਬ ਦੀ ਧਰਤੀ ਦੇ ਉੱਤੇ ਵਧੀਆ ਕੰਮ ਕਰ ਰਹੇ ਨੇ, ਡਾਕਟਰਸ, ਰਿਸਰਚਰਸ ਜੋ ਕਿ ਉਸ ਧਰਤੀ 'ਤੇ ਰਹਿ ਕੇ ਵਧੀਆ ਕੰਮ ਕਰ ਸਕਦੇ ਹਨ, ਲੇਕਿਨ ਉਹਨਾਂ ਨੂੰ ਵੀ ਹੁਣ ਚਾਹ ਹੋ ਗਿਆ ਕਿ ਅਸੀਂ ਵਿਦੇਸ਼ ਜਾਣਾ ਹੈ, ਅਸੀਂ ਸੂਬੇ 'ਚ ਨਹੀਂ ਰਹਿਣਾ। ਤਾਂ ਜਿਨ੍ਹਾਂ ਦੇ ਕੋਲ ਲੀਗਲ ਪੇਪਰਸ ਹੁੰਦੇ ਹਨ ਉਹ ਅੰਬੈਸੀ ਤੋਂ ਜਾ ਕੇ ਵੀਜ਼ਾ ਲਗਵਾ ਕੇ ਇੱਥੇ ਪਹੁੰਚ ਜਾਂਦੇ ਹਨ, ਜਿਨ੍ਹਾਂ ਨੂੰ ਆਪਾਂ ਨੌਨ ਇਮੀਗ੍ਰੈਂਟਸ ਕਹਿੰਦੇ ਹਾਂ। ਲੇਕਿਨ ਕਈ ਸਾਡੇ ਨੌਜਵਾਨ ਅਜਿਹੇ ਵੀ ਹਨ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ, ਉਹ ਆਉਂਦੇ ਹਨ ਦੋ ਨੰਬਰ ਤੋਂ, ਯਾਨੀ ਕਿ ਬਾਰਡਰ ਟੱਪ ਕੇ, ਜੋ ਕਿ ਅੱਜ ਇੱਕ ਗੰਭੀਰ ਵਿਸ਼ਾ ਇੰਟਰਨੈਸ਼ਨਲ ਪੱਧਰ 'ਤੇ ਬਣਿਆ ਹੋਇਆ, ਜਿਹਨੂੰ ਡੋਨਲਡ ਟਰੰਪ ਤੱਕ ਨੇ ਕਹਿ ਤਾ ਕਿ ਮੈਨੂੰ ਵੋਲ ਚਾਹੀਦੀ ਹੈ, ਔਰ ਜਿਸ ਕਰਕੇ ਗੌਰਮੈਂਟ ਨੂੰ ਵੀ ਸ਼ਟਡਾਊਨ ਹੋਣਾ ਪਿਆ ਪਿਛਲੇ ਲੰਬੇ ਸਮੇਂ ਤੋਂ। ਲੇਕਿਨ ਜਦ ਮੈਂ ਆਪਣੇ ਹੁਣ ਪੰਜਾਬੀ ਨੌਜਵਾਨਾਂ ਦੀ ਗੱਲ ਕਰ ਲੈਣਾ ਤਾਂ ਡੋਂਕੀ ਇੱਕ ਸਭ ਤੋਂ ਵੱਡਾ ਇਸ ਟਾਈਮ ਵਿਸ਼ਾ ਬਣਿਆ ਹੋਇਆ ਹੈ, ਜੋ ਆਪਣੇ ਪੰਜਾਬੀ ਨੌਜਵਾਨ USA ਆਉਣ ਦੇ ਲਈ ਵੱਖ ਵੱਖ ਜੰਗਲਾਂ ਤੋਂ, ਬ੍ਰਾਜ਼ੀਲ, ਕੋਲੰਬੀਆ, ਪਨਾਮਾ ਦੇ ਜੰਗਲਾਂ ਤੋਂ ਲੰਘ ਕੇ ਇਸ ਧਰਤੀ ਦੇ ਉੱਤੇ ਪਹੁੰਚਦੇ ਹਨ। ਕਈ ਤਾਂ ਪਹੁੰਚਦੇ ਵੀ ਨਹੀਂ, ਕਈਆਂ ਦੀ ਤਾਂ ਲਾਸ਼ ਹੀ ਸਿੱਧੀ ਮਿਲਦੀ ਹੈਗੀ ਹੈ ਜਾਂ ਫਿਰ ਉਹ ਪੰਜਾਬ ਵਾਪਸ ਜਾਂਦੀ ਹੈ। ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਡੋਂਕੀ ਲਾ ਕੇ ਜਿਹੜੇ ਇੱਥੇ ਪਹੁੰਚ ਜਾਂਦੇ ਹਨ, ਕਈ ਅਸਾਈਲਮ ਫਾਈਲ ਕਰ ਦਿੰਦੇ ਹਨ, ਕਈ ਅਟਰਨੀਜ਼ ਉਹਨਾਂ ਨੂੰ ਕਈ ਵੱਖ ਵੱਖ ਸਲਾਹ ਦਿੰਦੇ ਹਨ, ਅਤੇ ਕਹਿਣ ਦਾ ਭਾਵ ਹੈ ਕਿ ਇੱਥੇ ਆ ਕੇ ਉਹਨਾਂ ਨੂੰ ਆਪਣੇ ਪੇਪਰਸ ਨੂੰ ਪੂਰਾ ਕਰਨ ਦੇ ਲਈ
ਉਹ ਆਪਣੇ ਕੇਸ ਨੂੰ ਫਾਈਲ ਕਰ ਦਿੰਦੇ ਹਨ ਤਾਂ ਕਈਆਂ ਦੇ ਕੇਸ ਚੱਲਦੇ ਹਨ ਭਾਵੇਂ ਅਸਾਈਲਮ ਦੇ ਕੇਸ ਹੋਣ ਭਾਵੇਂ ਉਹ ਕੇਸ ਵੱਖ ਵੱਖ ਹੋਰ ਜਿਹੜੇ ਅਟਰਨੀਜ਼ ਨੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਉਹ ਆਪਣੇ ਕੇਸ ਇੱਥੇ ਫਾਈਲ ਕਰਦੇ ਹਨ। ਕਈਆਂ ਦੇ ਨਹੀਂ ਲੱਗਦੇ ਤਾਂ ਉਹ ਫਿਰ ਇਲੀਗਲੀ ਇੱਥੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਲੇਕਿਨ ਕਹਿਣ ਦਾ ਭਾਵ ਹੈ ਕਿ ਟਰੈਵਲ ਏਜੰਟ ਇੰਡੀਆ ਦੇ ਵਿੱਚ ਔਰ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਇਸ ਟਾਈਮ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਆਸਮਾਨ ਛੂ ਰਿਹਾ। 40-40 ਲੱਖ 45-45 ਲੱਖ ਰੁਪਏ ਲੈ ਕੇ ਪੰਜਾਬ ਦੇ ਨੌਜਵਾਨਾਂ ਤੋਂ ਇਸ 2 ਨੰਬਰ ਦੇ ਰਾਹੀਂ ਬਾਰਡਰ ਟਪਾ ਕੇ ਇੱਥੇ ਉਹਨਾਂ ਨੂੰ ਪਹੁੰਚਾਇਆ ਜਾਂਦਾ ਹੈ। ਕਈ ਸਾਰੀ ਕੇਸ ਸਟੱਡੀਜ਼ ਅਮੈਰੀਕਾ ਤੋਂ ਵੀ ਨਿਕਲ ਕੇ ਸਾਹਮਣੇ ਆਈ। ਵੱਖ ਵੱਖ ਜੇਲ੍ਹਾਂ ਦੇ ਵਿੱਚ ਸਾਡੇ ਪੰਜਾਬੀ ਨੌਜਵਾਨ ਬੰਦ ਸੀਗੇ, ਉਹਨਾਂ ਨੂੰ ਛੁਡਾਉਣ ਦੇ ਲਈ ਆਪਣੇ ਹੀ ਕਈ ਸਾਰੇ ਸਾਡੇ ਭਰਾ ਯਤਨਸ਼ੀਲ ਵੀ ਹੈਗੇ ਨੇ, ਕੰਮ ਕਰਦੇ ਹਨ। ਲੇਕਿਨ ਇੱਕ ਰਿਪੋਰਟ ਇਹ ਵੀ ਦੱਸਦੀ ਹੈ ਕਿ ਕਈ ਸਾਰੇ ਸਾਡੇ ਪੰਜਾਬੀ ਭਰਾ ਇੰਡੀਆ ਤੋਂ ਪੰਜਾਬ ਤੋਂ ਜਦ ਉਹ 2 ਨੰਬਰ ਦੇ ਰਾਸਤੇ ਤੋਂ ਯਾਨੀ ਕਿ ਇਹਨਾਂ ਜੰਗਲਾਂ ਨੂੰ ਪਾਰ ਕਰਕੇ ਪਹੁੰਚਦੇ ਹਨ ਤਾਂ ਜਦ ਪੰਜਾਬ ਤੋਂ ਸ਼ੁਰੂਆਤ ਕਰਦੇ ਹਨ ਤਾਂ ਉਹਨਾਂ ਨੇ ਸਿੱਖੀ ਸਰੂਪ ਪੂਰਾ ਉਹਨਾਂ ਦਾ ਹੁੰਦਾ। ਲੇਕਿਨ 2 ਨੰਬਰ ਦੇ ਵਿੱਚ ਉਹਨਾਂ ਨੂੰ ਆਪਣਾ ਜਦ ਇੱਥੇ ਪਹੁੰਚਣਾ ਹੁੰਦਾ ਤਾਂ ਉਹਨਾਂ ਨੂੰ ਆਪਣੇ ਕੇਸਾਂ ਨੂੰ ਕਤਲ ਕਰਾਉਣਾ ਪੈਂਦਾ। ਕਈਆਂ ਨੂੰ ਕਈਆਂ ਦੇ ਕੇਸ ਨਹੀਂ ਰਹਿੰਦੇ, ਕਈ ਆਪਣੇ ਸਿੱਖੀ ਸਰੂਪ ਦੇ ਵਿੱਚ ਨਹੀਂ ਪਹੁੰਚਦੇ। ਲੇਕਿਨ ਜਦ ਉਹ ਇੱਥੇ ਪਹੁੰਚਦੇ ਹਨ ਤਾਂ ਕਹਿਣ ਦਾ ਭਾਵ ਹੈ ਉਹਨਾਂ ਦਾ ਸਿਰਫ ਟੀਚਾ ਹੈ ਕਿ ਸਾਨੂੰ ਅਮੈਰੀਕਾ ਪਹੁੰਚਣਾ, ਇਸ ਧਰਤੀ ਦੇ ਉੱਤੇ ਪਹੁੰਚਣਾ, ਜਿਸ ਕਰਕੇ ਉਸ ਆਪਣੇ ਸਿੱਖੀ ਸਿਧਾਂਤਾਂ ਤੋਂ ਵੀ ਦੂਰ ਹੋ ਜਾਂਦੇ ਹਨ। ਲੇਕਿਨ ਰਿਪੋਰਟ ਦੇ ਵਿੱਚ ਸਾਨੂੰ ਇਹ ਵੀ ਪਤਾ ਚੱਲਿਆ ਕਿ ਕਈ ਅਜਿਹੀ ਸੰਸਥਾਵਾਂ ਹਨ ਅਮੈਰੀਕਾ ਦੇ ਵਿੱਚ ਜੋ ਮੁੜ ਤੋਂ ਉਹਨਾਂ ਨੂੰ ਸਿੱਖੀ ਸਰੂਪ ਦੇ ਵਿੱਚ ਆਉਣ ਦੇ ਲਈ ਕੰਮ ਕਰ ਰਹੀਆਂ ਹਨ। ਉਹ ਵੱਖ ਵੱਖ ਅਦਾਰੇ ਜਿਹੜੇ ਪੰਜਾਬ ਦੇ ਵਿੱਚ ਵੀ ਨੇ ਔਰ ਅਮੈਰੀਕਾ ਦੇ ਵਿੱਚ ਵੀ ਨੇ, ਉਹਨਾਂ ਦਾ ਰਾਬਤਾ ਕਾਇਮ ਹੈ ਇੱਕ ਦੂਜੇ ਦੇ ਨਾਲ, ਉਹ ਕੰਮ ਕਰ ਰਹੀਆਂ ਹਨ। ਇੱਕ ਤਾਂ ਵਿਸ਼ਾ ਅੱਜ ਇਹ ਹੋ ਗਿਆ। ਇੱਕ ਦੂਜਾ ਵਿਸ਼ਾ ਮੈਂ ਅੱਜ ਇਸ ਮੰਚ ਦੇ ਉੱਤੇ ਇਹ ਵੀ ਰੱਖਣਾ ਚਾਹੁੰਦਾ ਕਿ ਨੌਨ ਇਮੀਗ੍ਰੈਂਟਸ ਨੂੰ ਲੈ ਕੇ, ਇਲੀਗਲ ਇਮੀਗ੍ਰੈਂਟਸ ਨੂੰ ਲੈ ਕੇ ਅਮੈਰੀਕਨ ਗਵਰਨਮੈਂਟ ਜਾਂ ਫਿਰ ਬਾਰਡਰ ਸਿਕਿਉਰਿਟੀ ਫੋਰਸ ਜਿਹਨੂੰ ਆਪਾਂ ਕਹਿ ਲਈਏ, ਉਸ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ, ਇਹਨਾਂ ਨੇ ਹੁਣ ਇੱਕ ਨਵੀਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ ਕਿ ਜਿੰਨੇ ਵੀ ਸਟੂਡੈਂਟਸ ਜਾਂ ਫਿਰ ਸਾਡੇ ਨੌਨ ਇਮੀਗ੍ਰੈਂਟਸ ਵਿਦਾਊਟ ਪੇਪਰਸ ਅਮੈਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਫੜ ਕੀਤਾ ਜਾਵੇ। ਤਾਂ ਹਾਲ ਫਿਲਹਾਲ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਵਾਇਰਲ ਹੋਈ ਸੀਗੀ ਕਿ ਇੱਕ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਔਰ ਹੋਮ ਸਿਕਿਉਰਿਟੀ ਵੱਲੋਂ ਇੱਕ ਯੂਨੀਵਰਸਿਟੀ ਬਣਾਈ ਗਈ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਐਡਮਿਸ਼ਨ ਲੈ ਸਕਦੇ ਹੋ, ਤੁਸੀਂ F1 ਵੀਜ਼ਾ ਯਾਨੀ ਕਿ ਸਟੂਡੈਂਟ ਵੀਜ਼ਾ ਪ੍ਰਾਪਤ ਕਰ ਸਕਦੇ ਹੋ। ਅਤੇ ਕਈ ਸਾਡੇ ਇੰਡੀਆ ਤੋਂ ਆਏ ਹੋਏ ਬੱਚਿਆਂ ਨੇ ਉਸ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਿੱਤਾ, ਇਮੀਗ੍ਰੇਸ਼ਨ ਡਿਪਾਰਟਮੈਂਟ ਉਹਨਾਂ ਦਾ ਸਟੈਟਸ ਪਤਾ ਚੱਲ ਗਿਆ ਅਤੇ ਕਈ ਸਾਰੇ ਬੱਚਿਆਂ ਨੂੰ ਉਹਨਾਂ ਨੇ ਡਿਪੋਰਟ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ। ਇਸ ਤਰੀਕੇ ਨਾਲ ਫੜ ਉਹਨਾਂ ਨੇ ਸ਼ੁਰੂ ਕੀਤੀ। ਅੱਜ ਇਸ ਮੰਚ ਦੇ ਉੱਤੇ ਅਸੀਂ ਇਹ ਜ਼ਰੂਰ ਵਿਚਾਰਨਾ ਚਾਹੁੰਦੇ ਹਾਂ ਔਰ ਮੈਂ ਅੱਜ ਇਸ ਮੰਚ ਦੇ ਉੱਤੇ ਉਸ ਅਟਰਨੀ ਨੂੰ ਵੀ ਜੋੜਾਂਗਾ ਜੋ ਕਿ ਇਸ ਕੇਸਿਸ ਨੂੰ ਵੇਖ ਵੀ ਰਹੇ ਹਨ, ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜਨਗੇ, ਔਰ ਮੈਂ ਉਹਨਾਂ ਅਦਾਰਿਆਂ ਦੇ ਪੈਰੋਕਾਰਾਂ ਨੂੰ ਵੀ ਜੋੜਾਂਗਾ ਜੋ ਕਿ ਇਸ ਮੁਤਲਕ ਕੰਮ ਵੀ ਕਰ ਰਹੇ ਹਨ। ਸਾਨੂੰ ਕਿਸ ਦਿਸ਼ਾ ਦੇ ਵੱਲ ਵਧਣਾ ਚਾਹੀਦਾ, ਇਹਦੇ ਲਈ ਸਾਨੂੰ ਕੀ ਕੰਮ ਕਰਨਾ ਚਾਹੀਦਾ, ਕਿ ਰੋਡ ਮੈਪ ਤਿਆਰ ਕਰਨਾ ਚਾਹੀਦਾ ਕਿ ਸਾਡੇ ਜਿਹੜੇ ਪੰਜਾਬੀ ਨੌਜਵਾਨ ਹਨ, ਗੱਭਰੂ ਹਨ, ਉਹਨਾਂ ਦਾ ਘਾਣ ਨਾ ਹੋ ਸਕੇ ਔਰ ਉਹਨਾਂ ਨੂੰ ਕਿਸ ਤਰੀਕੇ ਨਾਲ ਪ੍ਰੇਰਿਤ ਕਰਨਾ ਚਾਹੀਦਾ ਤਾਂ ਕਿ ਉਹ ਅਗਰ ਸੁਪਨਾ ਵੀ ਸੋਚਦੇ ਹਨ ਅਮੈਰੀਕਾ ਦੀ ਧਰਤੀ ਦੇ ਉੱਤੇ ਆਉਣ ਦੇ ਲਈ, ਤਾਂ ਪੰਜਾਬ ਦੇ ਵਿੱਚ ਸਾਨੂੰ ਕਿਹੜੇ ਕਿਹੜੇ ਸੈਂਟਰਸ ਦੀ ਲੋੜ ਹੈਗੀ ਹੈ, ਅੱਜ ਇਸ ਮੁਤਲਕ ਵੀ ਵਿਚਾਰ ਕਰਨ ਦੀ ਸਾਨੂੰ ਜ਼ਰੂਰਤ ਹੈ। ਕਰਾਂਗੇ ਇਸ ਮੁੱਦੇ ਦੇ ਉੱਤੇ ਵਿਚਾਰ ਵਟਾਂਦਰਾ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੁੱਦਾ ਅੱਜ ਅਸੀਂ ਕਿਉਂ ਕਰ ਰਹੇ ਹਾਂ ਇਸ ਮੁਤਲਕ ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸ ਦੇਵਾਂ। ਹਾਲ ਫਿਲਹਾਲ ਦੇ ਵਿੱਚ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਔਰ ਉਹਨੂੰ ਵੱਖ ਵੱਖ ਜਿਹੜੇ ਮੀਡੀਆ ਦੇ ਪਲੇਟਫਾਰਮ ਨੇ ਉੱਥੇ ਵੀ ਵੇਖਿਆ ਗਿਆ ਉਸ ਵੀਡੀਓ ਨੂੰ।
ਉਹਦੇ ਵਿੱਚ ਦੋ ਯੁਵਕ ਗੁਹਾਰ ਲਗਾਉਂਦੇ ਹੋਏ ਨਜ਼ਰ ਆ ਰਹੇ ਸੀਗੇ। ਉਹਨਾਂ ਉਹ ਵੀ ਟਰੈਵਲ ਏਜੰਟਾਂ ਦੇ ਚੱਕਰ ਦੇ ਵਿੱਚ ਆ ਗਏ ਸੀਗੇ, ਜਿਨ੍ਹਾਂ ਨੂੰ ਅਰਮਾਨੀਆ ਹੁਣ ਇਸ ਟਾਈਮ ਹਾਲ ਫਿਲਹਾਲ ਦੇ ਵਿੱਚ ਉਹ ਫਸੇ ਹੋਏ ਨੇ, ਜਿਨ੍ਹਾਂ ਜਿੱਥੇ ਉਹ ਭੁੱਖ ਤੋਂ ਮਰ ਰਹੇ ਹਨ। ਔਰ ਉਹਨਾਂ ਨੇ ਆਪਣੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ, ਕਿਸੇ ਕਾਰਨ ਕਰਕੇ ਅਸੀਂ ਉਸ ਵੀਡੀਓ ਨੂੰ ਨਹੀਂ ਚਲਾ ਸਕਦੇ, ਲੇਕਿਨ ਅਸੀਂ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਦੇ ਰਹੇ ਹਾਂ। ਤਾਂ ਫਿਰ ਉਸ ਤੋਂ ਬਾਅਦ ਸਰਕਾਰਾਂ ਜਗੀਆਂ, ਕੈਪਟਨ ਅਮਰਿੰਦਰ ਸਿੰਘ, ਸੁਸ਼ਮਾ ਸਵਰਾਜ ਜਿਹੜੀ ਹੈਗੀ ਹੈ ਉਹਨਾਂ ਨੇ ਟਵੀਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਲ ਕੀਤੀ ਹੈ, ਅਤੇ ਜਿੰਨੇ ਵੀ ਟਰੈਵਲ ਏਜੰਟ ਪੰਜਾਬ ਦੇ ਵਿੱਚ ਨੇ ਜੋ ਕਿ ਫਰਜ਼ੀਵਾੜਾ ਕਰਦੇ ਹਨ ਉਹਨਾਂ ਨੂੰ ਤੁਸੀਂ ਕਾਬੂ ਕਰੋ। ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਟਵੀਟ ਸੁਸ਼ਮਾ ਸਵਰਾਜ ਜੀ ਦਾ ਵੇਖ ਲਿਆ ਔਰ ਅਸੀਂ ਸੁਸ਼ਮਾ ਸਵਰਾਜ ਨੂੰ ਦੱਸਣਾ ਚਾਹੁੰਦੇ ਹਾਂ। ਇਹ ਟਵੀਟ ਦੇ ਵਿੱਚ ਗੱਲਾਂ ਚੱਲ ਰਹੀ ਹੈ ਸੁਸ਼ਮਾ ਸਵਰਾਜ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਿ ਕਪੂਰਥਲਾ ਪੁਲਿਸ ਨੇ ਦੋ ਟਰੈਵਲ ਏਜੰਟਸ ਨੂੰ ਫੜਿਆ ਜੋ ਕਿ ਇਹਨਾਂ ਕਾਰੋਬਾਰ ਦੇ ਵਿੱਚ ਲੀਨ ਹਨ, ਜੋ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਕੇ 40-40, 45-45 ਲੱਖ ਰੁਪਏ ਲੈ ਕੇ ਜਿਹੜਾ ਕਿ ਅਮੈਰੀਕਾ ਦਾ ਸੁਪਨਾ ਉਹਨਾਂ ਨੂੰ ਦਿਖਾਉਂਦੇ ਹਨ ਔਰ ਇਸ ਜੰਗਲਾਂ ਰਾਹੀਂ ਉਹਨਾਂ ਨੂੰ ਭੇਜਦੇ ਹਨ, ਤਾਂ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ। ਤਾਂ ਹੁਣ ਲੱਗਦਾ ਹੈ ਕਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਜਿਹੜੀ ਸੋ ਰਹੀ ਸੀਗੀ ਹੁਣ ਉਸ ਨੀਂਦ ਤੋਂ ਜਾਗੀ ਹੈ। ਲੇਕਿਨ ਹਾਲ ਫਿਲਹਾਲ ਦੇ ਵਿੱਚ ਇਹ ਦੋ ਤਿੰਨ ਟਰੈਵਲ ਏਜੰਟ ਨਹੀਂ, ਇੱਕ ਬਹੁਤ ਵੱਡਾ ਇਹਨੂੰ ਅਸੀਂ ਮਾਫੀਆ ਕਹਿ ਸਕਦੇ ਹਾਂ ਪੰਜਾਬ ਦੀ ਧਰਤੀ 'ਤੇ ਉਸ ਟਾਈਮ ਬਣਿਆ ਹੋਇਆ, ਜੋ ਕਿ ਦੋ ਨੰਬਰ ਦੇ ਵਿੱਚ ਅਮੈਰੀਕਾ ਦੀ ਧਰਤੀ ਦੇ ਉੱਤੇ ਅਜਿਹੇ ਨੌਜਵਾਨਾਂ ਨੂੰ ਭੇਜਿਆ ਜਾਂਦਾ ਜੋ ਕਿ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਰੱਖ ਕੇ ਜੰਗਲਾਂ ਪਾਰ ਕਰਕੇ ਔਰ ਕਈ ਤਾਂ ਵਿਚਾਰੇ ਪਹੁੰਚਦੇ ਵੀ ਨਹੀਂ ਹਨ ਅਮੈਰੀਕਾ ਦੀ ਧਰਤੀ ਦੇ ਉੱਤੇ। ਉਹਨਾਂ ਦੀ ਜਾਂ ਤਾਂ ਉਹਨਾਂ ਨੂੰ ਕੋਈ ਸ਼ੇਰ ਖਾ ਜਾਂਦਾ, ਜਾਂ ਤਾਂ ਫਿਰ ਉਹ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦੇ ਹਨ, ਜਾਂ ਫਿਰ ਉਹਨਾਂ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ। ਤਾਂ ਅਜਿਹੇ ਜਿਹੜੇ ਕਾਰਨ ਇਸ ਟਾਈਮ ਬਣੇ ਹੋਏ ਹਨ, ਲੇਕਿਨ ਜਿਹੜੇ ਨੌਜਵਾਨ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਧਰਤੀ ਦੇ ਉੱਤੇ ਪਹੁੰਚ ਜਾਂਦੇ ਹਨ, ਜੇਲ੍ਹ ਦੇ ਵਿੱਚ ਬੰਦ ਹੁੰਦੇ ਹਨ, ਬੌਂਡ ਸਾਈਨ ਹੁੰਦਾ, ਬਾਹਰ ਹੁੰਦਾ, ਸਾਰੀ ਪ੍ਰਕਿਰਿਆ ਜਿਹੜੀ ਹੈਗੀ ਉਹ ਵੀ ਆਪਾਂ ਟਰਨੀ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਕਈ ਸੰਸਥਾਵਾਂ ਵੀ ਹਨ ਜੋ ਇਹਨਾਂ ਦੇ ਉੱਤੇ ਪੈਰਾ ਵੀ ਦੇ ਰਹੀ ਹਨ ਜਦ ਸਾਡੇ ਨੌਜਵਾਨ ਇੱਥੇ ਪਹੁੰਚਦੇ ਹਨ। ਤਾਂ ਅਮੈਰੀਕਨ ਸਿੱਖ ਕੌਂਸਲ ਇੱਕ ਸੰਸਥਾ ਹੈਗੀ ਹੈ, ਉਹਨਾਂ ਦੇ ਬੋਰਡ ਮੈਂਬਰ ਡਾਕਟਰ ਮਨਵੀਰ ਸਿੰਘ ਬੇਕਰਸਫੀਲਡ ਤੋਂ ਸਾਡੇ ਨਾਲ ਮੌਜੂਦ ਹਨ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਕਿ ਇਹਦਾ ਕੀ ਰੋਡ ਮੈਪ ਹੈ ਔਰ ਸਾਨੂੰ ਕੀ ਕਰਨਾ ਚਾਹੀਦਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਉੱਤੇ, ਕੀ ਲੱਗਦਾ ਤੁਹਾਨੂੰ? ਹਾਂਜੀ ਹਰਕਿਰਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਅੱਛਾ ਮੁੱਦਾ ਆਪ ਜੀ ਲੈ ਕੇ ਆਏ ਹੈ, ਜਿਹੜਾ ਕਿ ਸਾਡੀ ਕੌਮ ਨਾਲ ਸਿੱਧਾ ਹੀ ਰਿਲੇਟਡ ਆ ਜੀ। ਤੇ ਮੈਨੂੰ ਮੌਕਾ ਮਿਲਿਆ ਸੀ ਕਿ ਅਸੀਂ ਕੈਲੈਕਸੀਕੋ ਡਿਟੈਂਸ਼ਨ ਸੈਂਟਰ ਜਾ ਕੇ ਤੇ ਕੋਈ 300 ਦੇ ਕਰੀਬ ਜਿਹੜੇ ਡਿਟੇਨੀ ਸੀ ਉਹਨਾਂ ਨੂੰ ਪਰਸਨਲੀ ਮਿਲੇ ਤੇ ਉਹਨਾਂ ਕੋਲੋਂ ਸਾਰੀ ਗੱਲ ਪ੍ਰਾਪਤ ਕੀਤੀ। ਪਤਾ ਲੱਗਿਆ ਕਿ ਇਹ ਨੌਜਵਾਨ ਜਿਹੜੇ ਹੈ ਜ਼ਿਆਦਾਤਰ ਪੰਜਾਬ ਤੋਂ ਆਏ ਆ, ਜਿਹੜੇ ਇਹ ਜਿਹੜੇ ਏਜੰਟ ਹੁੰਦੇ ਆ ਉਹਨਾਂ ਦੇ ਗੱਲਾਂ ਵਿੱਚ ਆ ਕੇ ਉਹਨਾਂ ਦੀ ਵੱਲੋਂ ਭੇਜੇ ਹੋਏ ਉਹਨਾਂ ਨੂੰ ਇੰਨੇ ਇੰਨੇ ਪੈਸੇ ਦੇ ਕੇ ਆਪਣੀ ਜ਼ਮੀਨ ਜਾਇਦਾਦ ਆਪਣਾ ਪਰਿਵਾਰ ਛੱਡ ਕੇ ਬੜੀ ਮੁਸ਼ਕਿਲ ਨਾਲ ਇੱਥੇ ਆਉਂਦੇ ਆ ਤੇ ਉਹਨਾਂ ਵਿੱਚੋਂ ਕਈਆਂ ਦੀ ਡੈਥ ਵੀ ਹੋ ਜਾਂਦੀ ਆ ਜੀ, ਕਿਉਂਕਿ ਉਹ ਜੰਗਲਾਂ ਵਿੱਚੋਂ, ਨਦੀਆਂ ਵਿੱਚੋਂ, ਪਹਾੜਾਂ ਵਿੱਚੋਂ ਜਦੋਂ ਟੁਰਦੇ ਆਉਂਦੇ ਆ ਤੇ ਬੜੀ ਮੁਸ਼ਕਿਲ ਨਾਲ ਜਦੋਂ ਜਵਾਕ ਕੁੱਦ ਕੇ ਦੂਜੇ ਪਾਸੇ ਆਉਂਦੇ ਆ ਤੇ ਬੜੇ ਕਾਮਨਲੀ ਉਹਨਾਂ ਦੇ ਐਂਕਲ ਦੇ ਫ੍ਰੈਕਚਰ ਤੇ ਸਪ੍ਰੇਨ ਵਗੈਰਾ ਹੋ ਜਾਂਦੇ ਆ ਤੇ ਐਜ਼ ਅ ਫਿਜ਼ੀਸ਼ੀਅਨ ਮੈਨੂੰ ਉਹਨਾਂ ਨੂੰ ਠੀਕ ਕਰਨ ਦਾ ਵੀ ਮੌਕਾ ਮਿਲਿਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਤਰ੍ਹਾਂ ਲੱਗਿਆ ਕਿ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ। ਅਮਰੀਕਾ ਦੇ ਜਿਹੜੇ ਸੁਪਨੇ ਦਿਖਾਏ ਗਏ ਉਹ ਲੱਖਾਂ ਰੁਪਏ ਉਹਨਾਂ ਕੋਲ ਉਹ ਲੈ ਲਏ ਗਏ, ਸੋ ਇਹ ਬੜਾ ਹੀ ਪੈਥੈਟਿਕ, ਬੜਾ ਹੀ ਇੱਕ ਦਰਦਨਾਕ ਜਿਹੜਾ ਟਰਾਮਾ ਹੈ ਇਹਦੇ ਥਰੂ ਵਿਚਾਰੇ ਨਿਕਲ ਕੇ ਜਦੋਂ ਆਉਂਦੇ ਆ ਤੇ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਨਾ ਤਾਂ ਪਿੱਛੇ ਜਾ ਸਕਦੇ ਆ ਕਿਉਂਕਿ ਉਹ ਸਾਰਾ ਕੁਝ ਦੇ ਚੁੱਕੇ ਹੁੰਦੇ ਆ ਤੇ ਅੱਗੇ ਉਹਨਾਂ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਕਿਉਂਕਿ ਜਿਹੜੇ ਸੁਪਨੇ ਉਹਨਾਂ ਨੂੰ ਦਿਖਾਏ ਗਏ ਸੀ ਉਹ ਇਸ ਤਰ੍ਹਾਂ ਪੂਰੇ ਨਹੀਂ ਹੁੰਦੇ ਆ ਜੀ, ਪੂਰੇ ਨਹੀਂ ਹੋ ਪਾਉਂਦੇ ਆ। ਇੱਥੇ ਆ ਕੇ ਵੀ ਜਦੋਂ ਫੋਨ ਕਰਕੇ ਔਰ ਆਪਣੇ ਕਿਸੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਕੋਲੋਂ ਬੌਂਡ ਦੇ $10,000 ਵੀ ਉਧਾਰ ਲੈਂਦੇ ਆ ਜੀ, ਤੇ ਉਸ ਤੋਂ ਬਾਅਦ ਵੀ ਉਹਨਾਂ ਕੋਲ ਕੋਈ ਪਰਮਿਟ ਵਗੈਰਾ ਨਹੀਂ ਹੁੰਦਾ ਹੈ। ਸੋ ਜਿੱਦਾਂ ਹੁਣ ਮਿਸ਼ੀਗਨ ਦੀ ਜਿਹੜੀ ਯੂਨੀਵਰਸਿਟੀ ਦਾ ਮਾਮਲਾ ਜਿੱਥੇ ਕਿ ਕਿਤਨੇ ਹੀ ਇੰਡੀਅਨ ਸਟੂਡੈਂਟ ਜਿਹੜੇ ਆ ਫੇਕ ਯੂਨੀਵਰਸਿਟੀ ਦੇ ਸਕੈਮ ਦੇ ਵਿੱਚ ਆਪਣੀ ਵੀਸਾ ਜਿਹੜਾ ਸਟੂਡੈਂਟ ਵੀਸਾ ਲੈਣ ਦੇ ਚੱਕਰ ਵਿੱਚ ਉੱਥੇ ਜਾ ਕੇ ਫਸ ਗਏ ਸੀ ਜੀ ਜੀ ਜੀ, ਤੇ ਉਹਦੇ ਵਿੱਚ ਉਹਨਾਂ ਦੀ ਕੀ ਗਲਤੀ ਹੈ ਕਿਉਂਕਿ ਯੂਨੀਵਰਸਿਟੀ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਨੂੰ ਵੀਸਾ ਅਸੀਂ ਦੇ ਰਹੇ ਹਾਂ ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਅਸਲੀਅਤ ਕੀ ਆ ਜੀ 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 ਜੀ। ਸੋ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਵੀ ਉੱਥੋਂ ਆਉਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਹੋਮਵਰਕ ਕਰਕੇ ਆਉਣਾ ਚਾਹੀਦਾ ਹੈ
ਉਹਨਾਂ ਨੂੰ ਸਾਰੀ ਰੀਅਲ ਗਰਾਊਂਡ ਜਿਹੜੀ ਹੈ ਉਹਦਾ ਪਤਾ ਹੋਣਾ ਚਾਹੀਦਾ। ਸਾਨੂੰ ਇਹ ਵੀ ਸੁਣਨ ਨੂੰ ਮਿਲਿਆ ਸੀਗਾ, ਉਹਨਾਂ ਦੀ ਵੀ ਸਾਰ ਲੈਣ ਦੀ ਕੋਸ਼ਿਸ਼ ਕਰਦੀ ਹੈ। ਅਸੀਂ ਉੱਥੇ ਡਿਟੈਂਸ਼ਨ ਸੈਂਟਰ ਜਾ ਕੇ ਜਦੋਂ ਉਹਨਾਂ ਨੂੰ ਮਿਲੇ ਸਾਰਿਆਂ ਨੂੰ, ਜੀ 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 ਜੀ, ਤੇ ਅਸੀਂ ਇਹੀ ਕਰ ਸਕਦੇ ਹਾਂ ਕਿ ਉਹਨਾਂ ਨੂੰ ਐਜੂਕੇਟ ਕਰੀਏ, ਮੋਰਲ ਸਪੋਰਟ ਕਰੀਏ। ਜੀ, ਤੇ ਆਪਾਂ ਆਪਣਾ ਫਰਜ਼ ਐਵੇਂ ਨਹੀਂ ਬਾਹ ਸਕਦੇ ਹਾਂ। ਡਾਕਟਰ ਸਾਹਿਬ, ਮੈਂ ਇਹ ਵੀ ਗੱਲ ਸੁਣੀ ਸੀਗੀ, ਜਦ ਤੁਸੀਂ ਡਿਟੈਂਸ਼ਨ ਸੈਂਟਰ ਗਏ ਸੀਗੇ ਤਾਂ ਕਈ ਸਾਡੇ ਸਿੱਖ ਨੌਜਵਾਨਾਂ ਨੇ, ਸਾਡੇ ਬੱਚਿਆਂ ਨੇ ਕੇਸ ਵੀ ਕਤਲ ਕਰ ਦਿੱਤੇ ਸੀਗੇ। ਹਾਂਜੀ, ਕਿਉਂਕਿ ਉਹ ਜਦੋਂ ਇਤਨੀ ਹਾਰਡਸ਼ਿਪ ਤੋਂ ਲੰਘਦੇ ਆ, ਆਪਣੇ ਧਰਮ ਨੂੰ ਛੱਡ ਕੇ ਆਪਣਾ ਪੈਸਾ ਜਿਹੜਾ ਸਾਰਾ ਉਧਾਰ ਲੈ ਕੇ, ਕਰਜ਼ਾ ਲੈ ਕੇ ਉੱਥੋਂ ਟੁਰਦੇ ਆ ਜੀ। ਪਰ ਮੈਨੂੰ ਉਹਨਾਂ ਵਿੱਚੋਂ ਵੀ ਜਦੋਂ ਉਹਨਾਂ ਦੇ ਨਾਲ ਅੱਖਾਂ ਚਾਰ ਹੋਈਆਂ ਔਰ ਰੂਬਰੂ ਮਿਲਣ ਦਾ ਮੌਕਾ ਮਿਲਿਆ ਜੀ, ਤੇ ਮਹਿਸੂਸ ਹੋਇਆ ਕਿ ਉਹ ਸਾਰਾ ਕੁਝ ਆਪਣਾ ਗਵਾ ਚੁੱਕੇ ਆ। ਬੜਾ ਦਿਲ ਕਰਦਾ ਸੀ ਉਹਨਾਂ ਦੀ ਮਦਦ ਕਰੋ। ਅਸੀਂ ਉਹਨਾਂ ਦੀ ਲਾਇਬ੍ਰੇਰੀ ਜਿਹੜੀ ਹੈ ਉਹਦੇ ਵਾਸਤੇ ਪੁਸਤਕਾਂ ਦਿੱਤੀਆਂ, ਉਹਨਾਂ ਨੂੰ ਗੁਟਕੇ ਦਿੱਤੇ ਕਿ ਉਹ ਪਾਠ ਕਰ ਸਕਣ, ਰੱਬ ਦਾ ਨਾਂ ਲੈ ਸਕਣ। ਉਹਨਾਂ ਦੀ ਲਾਇਬ੍ਰੇਰੀ ਵਿੱਚ ਬੜੇ ਅੱਛੇ ਰਾਬਰਟ ਨਾਂ ਦੇ ਜਿਹੜੇ ਸੁਪਰਵਾਈਜ਼ਰ ਸੀ ਕੈਲੈਕਸੀਕੋ ਵਿੱਚ, ਉਹਨਾਂ ਨੇ ਬੜਾ ਕੋਆਪਰੇਟ ਕੀਤਾ ਔਰ ਸਾਨੂੰ ਪੂਰਾ ਟੂਰ ਦਿੱਤਾ ਔਰ ਦੱਸਿਆ ਕਿ ਕਿਸ ਤਰ੍ਹਾਂ ਇਹ ਲੋਕ ਇੱਥੇ ਰਹਿੰਦੇ ਆ। ਔਰ ਠੰਡ ਦਾ ਟਾਈਮ ਸੀ, ਅਸੀਂ ਉਹਨਾਂ ਵਾਸਤੇ ਜੈਕਟ ਲੈ ਕੇ ਗਏ ਔਰ ਨਿਤਨੇਮ ਦੇ ਗੁਟਕੇ ਵਗੈਰਾ ਉਹਨਾਂ ਨੂੰ ਅਸੀਂ ਜਾ ਕੇ ਦਿੱਤੇ ਆ। ਤੇ ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਕਿੰਨਾ ਵੱਡਾ ਇਸ ਟਾਈਮ ਬੁੱਕਸ ਦਿੱਤੀਆਂ ਕਿ ਜਿਸ ਨਾਲ ਉਹ ਇਤਿਹਾਸ ਪੜ੍ਹ ਸਕਣ, ਬੈਠ ਸਕਣ, ਸੁਣ ਸਕਣ? ਇਹ ਟਾਈਮ ਹੈ ਜਿਹੜਾ ਉਹ ਮੋਰਲ ਸਪੋਰਟ ਦੀ ਵੀ ਉਹਨਾਂ ਨੂੰ ਲੋੜ ਹੁੰਦੀ ਹੈ ਜੀ। ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਸ ਟਾਈਮ ਕਿੰਨਾ ਵੱਡਾ ਬਿਜ਼ਨਸ ਬਣ ਚੁੱਕਿਆ ਹੈ ਟਰੈਵਲ ਏਜੰਟਾਂ ਦੇ ਲਈ? ਹੁਣ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਪਕੜ ਲਵਾਂਗੇ, ਕਿ ਤੁਹਾਨੂੰ ਲੱਗਦਾ ਕਿ ਅਜਿਹਾ ਕੁਝ ਹੋਏਗਾ ਪੰਜਾਬ ਦੀ ਧਰਤੀ ਦੇ ਉੱਤੇ? ਇਸ ਤਰ੍ਹਾਂ ਲੱਗਦਾ ਹੈਗਾ ਕਿ ਸਰਕਾਰ ਦੀ ਨਿਗਾਹ ਵਿੱਚ ਤੇ ਗੱਲਾਂ ਆ ਗਈਆਂ, ਪਰ ਉਹ ਕਦੀ ਸਖ਼ਤ ਹੁੰਦੇ ਨੇ, ਕਦੀ ਢਿੱਲੇ ਹੋ ਜਾਂਦੇ ਆ। ਤੇ ਮੇਰੇ ਖਿਆਲ ਨਾਲ ਕੰਸਿਸਟੈਂਸੀ ਦੀ ਲੋੜ ਹੈ। ਉਹਨਾਂ ਨੂੰ ਲਗਾਤਾਰ ਇਹ ਦੇਖਣਾ ਚਾਹੀਦਾ ਹੈ ਕਿ ਇਹ ਜਿਹੜੇ ਏਜੰਟ ਜਿਹੜੇ ਆ ਜਿਨ੍ਹਾਂ ਨੇ ਲੁੱਟਮਾਰ ਮਚਾਈ ਹੋਈ ਆ, ਤੇ ਭੋਲੇ ਪਾਲੇ ਜਿਨ੍ਹਾਂ ਨੂੰ ਇਗਨੋਰੈਂਟ ਹੁੰਦੇ, ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੂੰ ਸੁਪਨੇ ਦਿਖਾ ਕੇ ਸਾਰਾ ਕੁਝ ਉਹਨਾਂ ਕੋਲ ਖੋਹ ਲੈਂਦੇ ਆ, ਤੇ ਪ੍ਰੋਬਲਮ ਦੋਵਾਂ ਪਾਸੇ ਹੋਏ। ਕਿਉਂਕਿ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਆਪਣੇ ਆਪ ਨੂੰ ਲਾਚਾਰ ਵੀ ਸਮਝਦੇ ਆ, ਉਹਨਾਂ ਨੂੰ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਇੱਥੇ ਸਾਡੇ ਵਾਸਤੇ ਕੁਛ ਨਹੀਂ ਹੈ, ਆਪਰਚੁਨਿਟੀ ਹੈ ਨਹੀਂ। ਫਿਰ ਉਹ ਆਪ ਵੀ ਜਾਂਦੇ ਆ ਏਜੰਡਾ ਕੋਲ ਔਰ ਏਜੰਟ ਜਿਹੜੇ ਉਸ ਚੀਜ਼ ਦਾ ਫਾਇਦਾ ਉਠਾਉਂਦੇ ਆ। ਸੋ ਆਪਾਂ ਸਾਰਾ ਦੋਸ਼ ਜਿਹੜਾ ਸਿਰਫ ਏਜੰਟਾਂ ਨੂੰ ਨਹੀਂ ਦੇ ਸਕਦੇ, ਪਰ ਆਪਾਂ ਆਪ ਵੀ ਤੇ ਉਹਨਾਂ ਕੋਲ ਜਾਈਦਾ ਤੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰੀਦੀ ਆ। ਸੋ ਇਹਦਾ ਮਤਲਬ ਹੈ ਕਿ ਜੇ ਨੌਜਵਾਨਾਂ ਨੂੰ ਸਰਕਾਰਾਂ ਜਿਹੜੀਆਂ ਅਗਰ ਪੜ੍ਹਾਈ ਕਰਾ ਕੇ ਔਰ ਉਹਨਾਂ ਨੂੰ ਰੋਜ਼ਗਾਰ ਦੇ ਦੇਵੇ, ਤੇ ਸ਼ਾਇਦ ਉਹ ਇਤਨੇ ਡੈਸਪਰੇਟ ਫੀਲ ਨਾ ਕਰਨ ਬਾਹਰ ਜਾਣ ਵਾਸਤੇ। ਠੀਕ ਹੈ, ਤੇ ਸਰਕਾਰ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਬਣਦੀ ਹੈ। ਜਿੱਥੇ ਕਿਸਾਨ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕੀਤੀ ਸੀਗੀ, ਜਿੱਥੇ ਡਿਵੈਲਪਮੈਂਟ ਕਰਨ ਦੀ ਗੱਲ ਕੀਤੀ ਸੀਗੀ, ਤੇ ਮੈਨੂੰ ਲੱਗਦਾ ਇਸ ਬਾਰੇ ਵੀ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿ ਨੌਜਵਾਨ ਤਾਂ ਪੰਜਾਬ ਦੇ ਵਿੱਚ ਰੁਕ ਹੀ ਨਹੀਂ ਰਿਹਾ, ਤੁਸੀਂ ਕਿਹਦੇ ਲਈ ਸਭ ਕੁਝ ਕਰੋਗੇ ਜੇ ਤੁਹਾਡੇ ਕੋਲ ਨੌਜਵਾਨ ਹੀ ਨਹੀਂ ਹੋਏਗਾ, ਜੇ ਤੁਹਾਡੇ ਕੋਲ ਉੱਥੇ ਆਪਣੀ ਮਾਂ ਬੋਲੀ ਬੋਲਣ ਵਾਲੇ ਲੋਕ ਨਹੀਂ ਹੋਣਗੇ, ਔਰ ਫਿਰ ਕਿਸ ਤਰੀਕੇ ਦਾ ਪੰਜਾਬ ਤੁਸੀਂ ਵੇਖ ਰਹੇ ਹੋ? ਇਹ ਬਿਲਕੁਲ ਸੋਚਣ ਦੀ ਲੋੜ ਹੈਗੀ ਹੈ ਸਿਆਸਤਦਾਨਾਂ ਨੂੰ ਔਰ ਵੱਖ ਵੱਖ ਅਦਾਰਿਆਂ ਨੂੰ ਵੀ ਜੋ ਕਿ ਪੰਜਾਬ ਨੂੰ ਲੈ ਕੇ ਸੋਚਦੇ ਹਨ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤਾਂ ਜਿਵੇਂ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਇੱਕ ਬਹੁਤ ਵੱਡਾ ਯੂਨੀਵਰਸਿਟੀ ਦਾ ਵੀ ਜਿਹੜਾ ਫਰਜ਼ੀਵਾੜਾ ਨਿਕਲ ਕੇ ਸਾਹਮਣੇ ਆਇਆ, ਉਸ ਬਾਰੇ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਜਿਹੜੇ ਅਟਾਰਨੀ ਹਨ ਜੋ ਕਿ ਕੇਸ ਲੜ ਰਹੇ ਹਨ, ਉਹਨਾਂ ਨਾਲ ਵੀ ਮੈਂ ਤੁਹਾਨੂੰ ਤਾਰੂਫ ਕਰਾਊਂਗਾ, ਉਹਨਾਂ ਦਾ ਕੀ ਬੈਕਗ੍ਰਾਊਂਡ ਹੈ ਉਹ ਵੀ ਮੈਂ ਤੁਹਾਨੂੰ ਦੱਸੂਗਾ। ਲੇਕਿਨ ਇੱਥੇ ਮੈਨੂੰ ਰੁਕਣਾ ਪੈ ਰਿਹਾ ਇੱਕ ਨਿੱਕੇ ਜਿਹੇ ਬ੍ਰੇਕ ਲਈ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਇੱਕ ਯੂਨੀਵਰਸਿਟੀ ਦਾ ਮਾਮਲਾ ਬਹੁਤ ਜ਼ਿਆਦਾ ਉਹਨੇ ਸੁਰਖੀਆਂ ਬਟੋਰੀਆਂ ਹੋਈ ਹੈ, ਜਿਹਦੇ ਵਿੱਚ ਕਈ ਸਟੂਡੈਂਟਸ ਨੂੰ ਡਿਟੇਨ ਕੀਤਾ ਗਿਆ ਹੈ ਔਰ ਉਹਨਾਂ ਦੇ ਉੱਤੇ ਡਿਪੂਟੇਸ਼ਨ ਦੇ ਚਾਰਜਿਸ ਲੱਗੇ ਹਨ ਔਰ ਸਖਤਾਈ ਜਿਹੜੀ ਹੈ ਉਹ ਹੁਣ ਜਿਹੜੇ ਨੌਨ ਇਮੀਗ੍ਰੈਂਟਸ ਜੋ ਕਿ ਵਿਦਆਊਟ ਪੇਪਰਸ ਰਹਿ ਰਹੇ ਨੇ, ਉਹ ਕਿਸ ਤਰੀਕੇ ਦਾ ਹੁਣ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਫੈਡਰਲ ਗਵਰਨਮੈਂਟ ਨੇ, ਉਹ ਵੀ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਮੇਰੇ ਨਾਲ ਅਨੂ ਪਿਸ਼ਾਵਰੀਆ ਜੀ ਇਸ ਟਾਈਮ ਫੋਨ ਲਾਈਨ ਦੇ ਉੱਤੇ ਮੌਜੂਦ ਨੇ, ਉਹਨਾਂ ਬਾਰੇ ਮੈਂ ਪਹਿਲਾਂ ਤੁਹਾਨੂੰ ਤਾਰੂਫ ਕਰਾ ਦਾਂ। ਉਹ ਇੱਕ ਇੰਟਰਨੈਸ਼ਨਲੀ ਅਵਾਰਡਡ US ਫੈਡਰਲ ਲਾਅ ਅਟਰਨੀ ਹਨ ਅਤੇ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਦੇ ਵਿੱਚ ਉਹ ਆਪਣੀ ਸੇਵਾ ਦਿੰਦੇ ਹਨ ਅਤੇ ਨਾਲ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਵੀ ਆਪਣੀ ਸੇਵਾਵਾਂ ਦਿੰਦੇ ਹਨ। ਦੋਨੋਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਉਹਨਾਂ ਦੀ ਮਾਨਤਾ ਹੈਗੀ ਆ ਔਰ ਮੈਂ ਤੁਹਾਨੂੰ ਇਹ ਵੀ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ, ਉਹ ਸਿਸਟਰ ਹੈਗੇ ਨੇ ਕਿਰਨ ਬੇਦੀ ਜੋ ਕਿ ਪਹਿਲਾ ਵੁਮੈਨ IPS ਅਫਸਰ ਸੀਗੇ ਇੰਡੀਆ ਦੇ ਵਿੱਚ, ਉਹਨਾਂ ਦੇ ਸਿਸਟਰ ਨੇ ਅਤੇ ਨਾਲ ਬਖੂਬੀ ਕੈਲੀਫੋਰਨੀਆ ਦੀ ਧਰਤੀ ਦੇ ਉੱਤੇ ਆਪਣੀ ਪ੍ਰੈਕਟਿਸ ਕਰ ਰਹੇ ਹਨ ਔਰ ਅਜਿਹੇ ਕੇਸਿਸ ਦੇ ਵਿੱਚ ਉਹਨਾਂ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਅਨੂ ਪਿਸ਼ਾਵਰੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸਭ ਤੋਂ ਪਹਿਲਾਂ ਚਾਹਾਂਗਾ ਕਿ ਤੁਸੀਂ ਆਪਣੇ ਬਾਰੇ ਇੱਕ ਬ੍ਰੀਫ ਡਿਸਕ੍ਰਿਪਸ਼ਨ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੇ ਦਿਓ। ਜ਼ਰੂਰ ਜੀ,
जी मैं इंडिया च ना पंजाब तो रहने वाली हूँ, अमृतसर च पैदा हुई थी जी। और मेरे घर तो सामने दरबार साहब की कड़ी दिसदी सी, सवेरे सवेरे मैं देखती हुंदी सी जी। उदों मैं डिसाइड किया सीगा कि मैं बड़ी फियरलेस लॉयर बनांगी, क्योंकि मैं इंडिया की भारत की नंबर एक टेनिस खिलाड़ी सी और काफी साल भारत की नंबर एक खिलाड़ी रही। ओके। फिर मैं हिंदुस्तान वास्ते विंबलडन खेली, ठीक है, और विंबलडन खेलने के बाद मैं बड़े केस जीते इंडिया दे विच, क्रिमिनल लॉयर बन के इंडिया दे विच, दिल्ली दे विच, और सुप्रीम कोर्ट दी वकील सी। फिर मैं यूनाइटेड स्टेट्स आ गई, उसके बाद मैं इतने स्टैनफर्ड दे विच और सेंटा क्लारा यूनिवर्सिटी दे विच पढ़ी, और उसके बाद इतने बहुत सारिया औरतां बच्चे से बुढ़े पेरेंट्स के नाल जो जो इतने हालात इमीग्रेंट्स के खराब होंगे सी उन्होंने केसिस लड़े, और मैं लड़ते हुए केस इस वे तकरीबन 20 साल हो गए ने जी। और इन्हों केसिस दिया बारे मैं काफ़ी किताबा लिखिया ने, उन्होंने नाँ है इमीग्रेंट ड्रीम और यहोजे जे आकर के लोगों के ड्रीम खत्म हो जाते हैं इतने अमेरिका के, वो लिखे है। और मैं भारत की पहली लीगल एडवाइजर अपॉइंट हुई थी गवर्नमेंट ऑफ यूनाइटेड स्टेट्स के वाशिंगटन डी सी उन्हों की मदद करने वास्ते। सो यूनाइटेड स्टेट्स गवर्नमेंट ने भी मैं एक्सट्राऑर्डिनरी एबिलिटी स्टैटस दिता है जो 1% वर्ल्ड के लोगों को दिता जाता है। बहुत बहुत धन्यवाद अनु जी, तुसी अपना अपने आप को तारूफ भी कराया, अपना तजुर्बा भी दसिया। तो हुण तुसी वेख पा रहे हो कि जिहड़े केसिस नॉन इमीग्रेंट्स लई निकल के सामने आ रहे हैं, भावें वह डोंकी का मसला होवे, भावें वह मसला हुण जिहड़ा हाल फिलहाल दे विच यूनीवर्सिटी का होया, सानू पता चलिया कि तुसी उस केस की पैरवी कर रहे हो, तुहानू की लगता है कि फ्यूचर हैगा अगे नॉन इमीग्रेंट्स का और किवें सानू ध्यान देने की लोड़ हैगी है? इस वेले मेन प्रॉब्लम यह हैगी है कि कोई क्लीयरली नहीं जानता कि इहदे विच असि की कंकलूड कर सकी, कौन इस चीज की रिस्पॉन्सिबिलिटी लेगा, क्योंकि जो इस वे इंडियन के नाल होया इतने किन्ने सारे स्टूडेंट्स हर साल आते हैं इतने पैसा इन्ना सारा खर्च के $30,000 $40,000 एक एक कोई विलेजर आया हो जिन्हें छोटे जे विलेज तो अपने बच्चों भेजा हो, इतने वो एक बच्चा आंदा है तो उसके 5 बच्चे इंडिया के पढ़ रहे हैं, उन्होंने लोन्स उठाए हुए हैं, जो तो लोन्स इन्ने लैके $30,000 लैके तुम इतने आते हो जी। तो इंडिया तो तुम एजुकेशन कंसल्टेंट्स जाते हो, उन्होंने गल पुछते हो, तो यूनिवर्सिटी से एडमिशन लैके देंगे है, फिर तुम एडमिशन की सारी तहकीकात करते हो, पता लगता है कि जी वो यूनाइटेड स्टेट्स गवर्नमेंट तो रिकगनाइज है, वेद ऑनलाइन लिखते हो कि 50 साल पुरानी यूनिवर्सिटी है, तुसी कदी बिलीव कर सकते हो कि यूनाइटेड स्टेट्स दे विच कोई ऐसा झूठ बोलेगा? उस हालत इन्हां दे नाल हुई है यूनिवर्सिटी के बच्चों के नाल, और हुण इस वेले बच्चों नूं इह कहा जा रहा है कि बच्चे जान के करते है, यह बच्चे इस वेले यू नो हर एक चीज़ जानते है, इन्होंने इन्हों पता सी इन्हों की कोई इन्हों को स्टैटस नहीं है, लेकिन यह फिर भी सो उन्हों की रिकॉर्डिंग्स कर लीती गई ने कि तुसी की बोल रहे सी, तुसी उस वेले क्यों, हुण तुसी एक आदमी जिस तरह एक आई डोंट नो इट्स अ वेरी बैड एग्जाम्पल बट if you have a dog who's hungry and you try to put food before him, will he not try to eat food? hun eh halat ho gayi si bachyan di, I mean they were trying ki ek masters kiti hai te oh masters ohna di derecognize ho gayi, hun tusi kisi university de vich $30,000 kharch ke tusi university de vich padhan chale jao, oda pata chale ki jo main padhai kiti 3-4 saal ohde baad mainu degree nahi milegi, hun jo degree I mean they at least expect ke chalo assi India wapas chale jana, mere kol hun US di degree te hoegi, mainu kide naukri mil jayegi, oh university ohnu degree nahi dindi kyunki university di degree lain di ohdi taqat hi khatam ho gayi hai, so eh halat hoya hai logan de naal, jadon university di degrees khatam ho gayi ne te inna ne apna nu status te rakhan waste kuch na kuch buri halat de naal lab rahe si, us time te inna ne ek chuti university khadi kar ditti, aur ohde vich sare logan ne fir inna nu खिंचना शुरू कर दिता कि केड़े केड़े लोग यहोजी एडमिशन लैके आएंगे करेंगे, सो वो इन्होंने नाल होया तो बहुत खराब है, बट दी ओनली पार्ट इज विच आई फील वेरी बैड कि साडे स्टूडेंट जिहड़े ने वो इस तरह सोचते सीगे कि जे इंडिया दे विच कुछ नहीं पिया होया असी की करना है, असी जो भी सानू मिलता है असी ले लैने, $10,000 होर दे दे के अगे अगे उन्होंने होर लेना शुरू कर दिता एडमिशन वगैरह, और उन्होंने मतलब जिन्हें भी लोगों नाल मैं गल कीता है अद्धे तो ज्यादा बच्चों रियली पता नहीं सी, इन्ना पता सीगा हाँ जी कि असी ऑनलाइन क्लासेस लै रहे हैं, असी सानू असी रिकॉर्ड दे उते हगे, कई ने उन्हां कोलों क्लासेस दे बारे पता मंगाया, डिटेल्स मंगाइया जी, अनु जी उन्हां कोल चिट्ठियां। अनु जी तुसी बहुत करीब हैगे हो फैडरल गवर्नमेंट दे और कई अजे पैरोकारां दे नाल भी तुहाडा राबता कायम हैगा, की सोच रही है फैडरल गवर्नमेंट उन्हां बच्चियां दे लई अजे नॉन इमीग्रेंट्स दे लई? इस
ਪਿਛਲੇ ਜੀ 10 ਤੋਂ 20 ਬੱਚੇ ਅਜੇ ਵੀ ਡਿਟੈਂਸ਼ਨ ਸੈਂਟਰ ਚ ਨੇ, 130 ਬੱਚੇ ਤਕਰੀਬਨ ਅਰੈਸਟ ਹੋ ਚੁੱਕੇ ਨੇ ਔਰ 600 ਬੱਚਿਆਂ ਦਾ ਇਫੈਕਟ ਹੋਣ ਦਾ ਪੋਸੀਬਿਲਿਟੀ ਹੈ ਔਰ ਇਹ ਚੀਜ਼ ਜਿਹੜੀ ਹੈ ਇੰਨੀ ਵੱਡੀ ਹੁੰਦੀ ਜਾ ਰਹੀ ਹੈ ਬਿਕੋਜ਼ ਇਟ ਇਜ਼ ਇਫੈਕਟਿੰਗ ਕਲੋਜ਼ ਟੂ 10,000-15,000 ਸਟੂਡੈਂਟਸ ਹੁਣ ਨਾਓ ਦਿਸ ਇਜ਼ ਗੋਇੰਗ ਟੂ ਕੀਪ ਔਨ ਸਪਰੈਡਿੰਗ ਬਿਕੋਜ਼ ਇਟਸ ਨਾਟ ਵਨ ਯੂਨੀਵਰਸਿਟੀ ਇਟਸ ਅ ਲੋਟ ਆਫ ਯੂਨੀਵਰਸਿਟੀਜ਼ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਗਾਈਡਲਾਈਨਸ ਹੈ ਜੇ ਤੁਸੀਂ ਸਟ੍ਰਿਕਟਲੀ ਲਗਾਉਣ ਦੀ ਕੋਸ਼ਿਸ਼ ਕਰੋ ਤੇ ਤਕਰੀਬਨ ਸਾਰੇ ਹੀ ਯੂਨੀਵਰਸਿਟੀਜ਼ ਇਸ ਚੀਜ਼ ਨੂੰ ਵਾਇਲੇਟ ਕਰ ਰਹੇ ਨੇ ਹੁਣ ਉਹ ਜਿਹੜੀ ਯੂਨੀਵਰਸਿਟੀਜ਼ ਉਹਨਾਂ ਨੂੰ ਇਹ ਚੀਜ਼ਾਂ ਸਹੂਲਤਾਂ ਦੇ ਰਹੀ ਹੈ ਉਹ ਯੂਨੀਵਰਸਿਟੀਜ਼ ਪਹਿਲਾਂ ਅਪਰੂਵ ਹੋਈ ਹੋਈ ਸੀ ਯੂਨਾਈਟਡ ਸਟੇਟਸ ਗਵਰਨਮੈਂਟ ਤੋਂ ਜਦੋਂ ਯੂਨਾਈਟਡ ਸਟੇਟਸ ਗਵਰਨਮੈਂਟ ਉਹਨਾਂ ਨੂੰ ਅਪਰੂਵ ਕਰਦੀ ਹੈ ਔਰ ਇਹ ਸਭ ਚੀਜ਼ ਅਲਾਉ ਕਰਦੀ ਹੈ ਉਹਦੇ ਬਾਅਦ ਸਡਨਲੀ ਇੰਨੀ ਸਟ੍ਰਿਕਟ ਹੋ ਜਾਵੇ ਜਦੋਂ ਸਾਰਾ ਪੈਸਾ ਖਾ ਲਵੇ ਜਦੋਂ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਉਹਦੇ ਕਾਰਨ ਦੇ ਦੇਵੇ ਸਭ ਕੁਝ ਦੇ ਦੇਵੇ ਉਹਦੇ ਬਾਅਦ ਤੁਸੀਂ ਉਹਨਾਂ ਨੂੰ ਅੱਜ ਪੈਨਲਾਈਜ਼ ਕਰੋ ਕਿ ਤੁਸੀਂ ਇਹ ਚੀਜ਼ ਕਿਉਂ ਕੀਤੀ ਹੈ ਪਹਿਲਾਂ ਉਹਨਾਂ ਨੂੰ ਸੇਮ ਅਪਰੂਵਲ ਤੁਸੀਂ ਖੁਦ ਦਿੰਦੇ ਹੋ ਉਹ ਅਪਰੂਵਲਸ ਨੂੰ ਚੈੱਕ ਨਹੀਂ ਕਰਦੇ ਕਿ ਤੁਸੀਂ ਸਹੀ ਦੇ ਰਹੇ ਹੋ ਕਿ ਨਹੀਂ ਦੇ ਰਹੇ ਹੋ ਸੋ ਹੂ ਇਜ਼ ਟੂ ਬੀ ਬਲੇਮਡ ਦੈਟ ਇਜ਼ ਵਾਟ ਮਾਈ ਕੁਐਸਚਨ ਇਜ਼ ਕਿ ਇਸ ਵੇਲੇ ਇਟ ਇਜ਼ ਅ ਵੈਰੀ ਬੈਡ ਸਿਚੁਏਸ਼ਨ ਬਿਟਵੀਨ ਬੋਥ ਦ ਗਵਰਨਮੈਂਟਸ ਆਫ ਇੰਡੀਆ ਐਂਡ ਯੂਨਾਈਟਡ ਸਟੇਟਸ ਕਿਉਂਕਿ ਇਸ ਦੇਸ਼ 'ਤੇ ਇਹ ਕੋਈ ਵੀ ਨਹੀਂ ਕਿਹਾ ਜਾ ਸਕਦਾ ਕੋਈ ਨਹੀਂ ਚਾਹੁੰਦਾ ਬੱਚਾ ਕਿ ਇਸ ਵੇਲੇ ਇਸ ਉਮਰ ਦੇ ਵਿੱਚ ਆ ਕੇ ਇਸ ਤਰ੍ਹਾਂ ਚੀਟ ਹੋਵੇ ਜਾਂ ਪੇਰੈਂਟਸ ਜਿਹੜੇ ਅਨੂ ਜੀ ਇੱਕ ਥੋੜ੍ਹਾ ਜਿਹਾ ਚਾਹਨਾ ਤੁਸੀਂ ਇਸ ਪਾਸੇ ਵੀ ਪਾ ਦਿਓ ਜਿਹੜੇ ਬੱਚੇ ਜਿਹੜੇ ਨੌਜਵਾਨ ਪੰਜਾਬ ਦੀ ਧਰਤੀ ਦੇ ਉੱਤੋਂ ਭਾਰਤ ਤੋਂ ਬਾਰਡਰ ਟੱਪ ਕੇ ਇੱਥੇ ਆਉਂਦੇ ਨੇ ਉਹਨਾਂ ਦਾ ਕੀ ਫਿਊਚਰ ਤੁਹਾਨੂੰ ਹੁਣ ਲੱਗਦਾ ਜੀ ਬਾਰਡਰ ਟੱਪ ਕੇ ਵੀ ਜਿਹੜੇ ਆਉਂਦੇ ਨੇ ਨਾ ਮੈਂ ਤਾਂ ਇਹਨਾਂ ਨੂੰ ਦੇਖਿਆ ਹੈ ਕਿ ਵਿਚਾਰੇ ਇਕਨੋਮਿਕ ਕੰਡੀਸ਼ਨ ਬਹੁਤ ਜ਼ਿਆਦਾ ਬੁਰੀ ਨੇ ਇੰਡੀਆ ਦੀ ਔਰ ਉਸ ਹਾਲਤ ਦੇ ਵਿੱਚ ਆਉਂਦੇ ਆ ਜਦੋਂ ਕੋਈ ਡਰੱਗਸ ਦਾ ਹਾਲਤ ਹੈ ਇੰਡੀਆ ਦੇ ਵਿੱਚ ਜਾਂ ਪ੍ਰੋਬਲਮਸ ਇੰਡੀਆ ਦੇ ਵਿੱਚ ਮੈਂ ਜੋ ਦੇਖਦੀ ਹਾਂ ਇਟ ਇਜ਼ ਅ ਲੋਟ ਪੋਲੀਟੀਕਲ ਸਿਚੁਏਸ਼ਨ ਵੀ ਕੋਈ ਇੰਨੀ ਵਧੀਆ ਨਹੀਂ ਹੈ ਠੀਕ ਹੈ ਲੋਕ ਕਹਿੰਦੇ ਨੇ ਆ ਕੇ ਜੀ ਪਤਾ ਨਹੀਂ ਕੀ ਝੂਠ ਬੋਲਦੇ ਨੇ ਪਤਾ ਨਹੀਂ ਕੀ ਕਹਿੰਦੇ ਨੇ ਬਟ ਦ ਸਿਚੁਏਸ਼ਨ ਇਜ਼ ਉਹ ਫੈਡ ਅਪ ਹੋ ਗਏ ਨੇ ਉੱਥੋਂ ਉਹ ਵਿਚਾਰੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਐਂਡ ਅ ਫਿਊ ਪਰਸੈਂਟ ਜਿਹੜੇ ਲੋਕੀ ਆਉਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੇਸ ਲੜੀਦਾ ਕਿਸ ਤਰ੍ਹਾਂ ਹੈ ਦੈਟ ਇਜ਼ ਵਾਟ ਆਈ ਹੈਵ ਨੋਟਿਸ ਕਿਉਂਕਿ ਉਹ ਕੀ ਕਹਿੰਦੇ ਨੇ ਜੋ ਵੀ ਉੱਥੋਂ ਸੁਣ ਕੇ ਆਉਂਦੇ ਆ ਉਹੀ ਚੀਜ਼ ਬਾਰਡਰ ਦੇ ਉੱਤੇ ਬੋਲ ਦਿੰਦੇ ਨੇ ਔਰ 99.9% ਸਾਰਿਆਂ ਦੀ ਸੇਮ ਹੀ ਕਹਾਣੀ ਬੋਲਣ ਲੱਗ ਪੈਂਦੇ ਆ ਉਹ ਜਦੋਂ ਕਈ ਵਾਰੀ ਉਹਨਾਂ ਦੀ ਸੱਚੀ ਵੀ ਸਟੋਰੀ ਹੁੰਦੀ ਹੈ ਕਿ ਜਿਹਦੇ ਵਿੱਚ ਉਹ ਦੁਖੀ ਹੋ ਕਰਕੇ ਆਉਂਦੇ ਉਹ ਸੱਚ ਤੇ ਬੋਲਦੇ ਹੀ ਨਹੀਂ ਹੈ ਉਹ ਕਹਾਣੀ ਕੁਛ ਹੋਰ ਬੋਲ ਦਿੰਦੇ ਉਹਦੇ ਕਾਰਨ ਉਸੇ ਚੀਜ਼ ਦੇ ਵਿੱਚ ਵਿਚਾਰੇ ਫਸ ਜਾਂਦੇ ਨੇ ਸੋ ਆਈ ਹੈਵ ਬੀਨ ਅ ਕ੍ਰਿਮੀਨਲ ਲਾਇਰ ਇਨ ਇੰਡੀਆ ਮੈਨੂੰ ਸਟੋਰੀਆਂ ਪਤਾ ਨੇ ਦ ਪੁਆਇੰਟ ਇਜ਼ ਕਿ ਜਿਹੜੀ ਚੀਜ਼ ਦੁਖੀ ਤੋਂ ਆਏ ਉਹ ਕਮ ਸੇ ਕਮ ਉਹਦੀ ਰਿਐਲਿਟੀ ਤੇ ਦੱਸੋ ਕਈ ਲੋਕਾਂ ਕੋਲ ਪ੍ਰੋਪਰਟੀ ਦੇ ਡਾਕੂਮੈਂਟਸ ਪਈ ਹੈ ਕਈ ਲੋਕਾਂ ਨੂੰ ਸੱਚ ਨੂੰ ਮਾਰਿਆ ਹੋਇਆ ਹੈ ਕਈਆਂ ਦੇ ਵਿੱਚ ਕ੍ਰਿਮੀਨਲ ਕੇਸਿਸ ਪਏ ਹੋਏ ਨੇ ਲੇਕਿਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਉਹਨਾਂ ਨੂੰ ਜੋ ਸਮਝਾਇਆ ਜਾਂਦਾ ਉਹ ਕਹਿਣ ਲੱਗ ਪੈਂਦੇ ਹੈ ਐਂਡ ਦੈਨ ਦੇ ਸਫਰ ਇਨ ਦ ਲੌਂਗ ਰਨ ਇਸ ਵੇਲੇ ਕੀ ਹੋ ਗਿਆ ਉਹਨਾਂ ਨੇ ਜਿਹੜੇ ਭਾਰਤ ਤੋਂ ਟੱਪ ਕੇ ਆਏ ਨੇ ਉਹਨਾਂ ਨੂੰ ਉੱਥੇ ਸਿੱਧਾ ਡਿਟੈਂਸ਼ਨ ਸੈਂਟਰ ਦੇ ਵਿੱਚ ਲੈ ਲੈਂਦੇ ਨੇ ਔਰ ਦੂਰ ਦੂਰ ਚਾਰ ਚਾਰ ਸਾਲ ਚਾਰ ਚਾਰ ਘੰਟੇ ਦੀ ਡਰਾਈਵ ਪਤਾ ਨਹੀਂ ਕਿੱਥੋਂ ਫਲਾਈਟ ਦੇ ਵਿੱਚ ਉਹਨਾਂ ਨੂੰ ਲੈ ਕੇ ਚਲੇ ਜਾਂਦੇ ਨੇ ਉਹ ਲੱਭੇ ਵੀ ਨਹੀਂ ਜਾ ਸਕਦੇ ਕਿੰਨੇ ਕਿੰਨੇ ਦਿਨ ਦੇ ਬਾਅਦ ਉਹ ਲੱਭਦੇ ਨੇ ਫਿਰ ਉਹਨਾਂ ਨੂੰ ਉਹ ਬੀਫ ਖਾਣ ਨੂੰ ਦੇ ਦਿੰਦੇ ਨੇ ਫਿਰ ਉਹਨਾਂ ਨੂੰ ਯੂ ਨੋ ਜਿਸ ਚੀਜ਼ਾਂ ਦੇ ਵਿੱਚ ਉਹ ਤੰਗ ਹੁੰਦੇ ਨੇ ਆਈ ਰੀਅਲੀ ਮੈਂ ਕਈ ਵਾਰੀ ਮੈਨੂੰ ਮੇਰਾ ਬੜਾ ਦਿਲ ਖਰਾਬ ਹੁੰਦਾ ਬਿਕੋਜ਼ ਸਾਡੇ ਪੰਜਾਬੀ ਲੋਕ ਸਾਰਿਆਂ ਦੇ ਵਿੱਚ ਇੰਨਾ ਗੌਰਵ ਹੈ ਇੰਨਾ ਸ਼ਰਧਾ ਹੈ ਆਪਣੇ ਵਾਸਤੇ ਜੇ ਆਓ ਤੇ ਠੀਕ ਤਰੀਕੇ ਦੇ ਨਾਲ ਆਓ ਐਸ ਮਚ ਐਸ ਯੂ ਕੈਨ ਡੂ ਅਸੀਂ ਲੋਕੀ ਹੈਗੇ ਆ ਤੁਹਾਡੇ ਵਾਸਤੇ ਕੁਛ ਵੀ ਕਰਨ ਵਾਸਤੇ ਮੈਂ ਕਿੰਨੇ ਹਜ਼ਾਰਾਂ ਪੰਜਾਬੀਆਂ ਦਾ ਕੇਸਿਸ ਰਿਪ੍ਰੈਜ਼ੈਂਟ ਕੀਤਾ ਔਰ ਮੈਂ ਤੁਹਾਨੂੰ ਦੱਸਾਂ 90% ਤੋਂ ਵੱਧ ਮੈਂ ਕੇਸਿਸ ਜਿੱਤਦੀ ਹਾਂ ਜਿਹੜੀ ਵੀ ਕੋਈ ਇਸ਼ੂ ਉਹਨਾਂ ਦਾ ਹੋਵੇ ਉਹਨਾਂ ਨੂੰ ਮੈਂ ਲੈਂਦੀ ਹਾਂ ਔਰ ਉਹਨਾਂ ਵਾਸਤੇ ਲੜਦੀ ਹਾਂ ਬਟ ਦਿਸ ਇਜ਼ ਆਲ ਆਈ ਐਮ ਟ੍ਰਾਈਂਗ ਟੂ ਸੇ ਕਿ ਜਦੋਂ ਆਉਂਦੇ ਨੇ ਉਦੋਂ ਥੋੜੀ ਐਡਵਾਈਸ ਲੈ ਕੇ ਆਣ ਕਿ ਵੀ ਅਸੀਂ ਬੋਲਣ ਜਾ ਰਹੇ ਹਾਂ ਅਸੀਂ ਠੀਕ ਬੋਲ ਰਹੇ ਹਾਂ ਕਿ ਨਹੀਂ ਬੋਲ ਰਹੇ ਹਾਂ ਇੱਕ $100 ਅਟਰਨੀ ਨੂੰ ਦੇਣਾ ਕਈ ਵਾਰੀ ਮੱਚ ਬੈਟਰ ਹੁੰਦਾ ਹੈ ਰਾਦਰ ਦੈਨ ਕਿ ਤੁਸੀਂ ਇਲੀਗਲ ਕੰਸਲਟੈਂਟਸ ਕੋਲੋਂ ਪੁੱਛ ਪੁੱਛ ਕੇ ਆ ਜਾਓ ਔਰ ਫਿਰ ਉਹ ਗਲਤ ਚੀਜ਼ਾਂ ਬੋਲ ਦਿੰਦੇ ਆ ਚਲੋ ਮੈਂ ਜੇਕਰ ਤੁਹਾਨੂੰ ਇੱਕ ਲਾਈਨ ਦੇ ਵਿੱਚ ਪੁੱਛਣਾ ਚਾਹਾਂ ਕੀ ਫਿਊਚਰ ਤੁਹਾਨੂੰ ਲੱਗਦਾ ਫਿਊਚਰ ਦੇ ਇਸ ਵੇਲੇ ਬੜਾ ਗ੍ਰਿਮ ਹੈ ਕਿਉਂਕਿ ਪਰ ਫਿਰ ਵੀ ਮੈਂ ਤੁਹਾਨੂੰ ਦੱਸਾਂ ਕਿ ਇਮੀਗ੍ਰੇਸ਼ਨ ਤੇ ਕਦੀ ਰੁਕਣੀ ਨਹੀਂ ਹੈ ਠੀਕ ਹੈ ਜੀ ਕਿਉਂਕਿ ਜੇ ਤੁਸੀਂ 1980 ਤੋਂ ਸੁਣੋ ਅੱਜ ਤੱਕ ਇਮੀਗ੍ਰੇਸ਼ਨ ਨਹੀਂ ਖਤਮ ਹੋ ਰਹੀ ਠੀਕ ਹੈ ਠੀਕ ਹੈ ਬਹੁਤ 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 ਅਨੂ ਜੀ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਲੇਕਿਨ ਮੈਂ ਤੁਹਾਨੂੰ ਹੋਰ ਸੁਣਨਾ ਚਾਹੁੰਦਾ ਸੀਗਾ ਮੈਨੂੰ ਲੱਗਦਾ ਬਹੁਤ ਵੈਲਿਊਬਲ ਜਾਣਕਾਰੀ ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਔਰ ਉਹਨਾਂ ਨੂੰ ਬਿਲਕੁਲ ਲੱਗਿਆ ਹੋਏਗਾ ਲੇਕਿਨ ਮੈਂ ਇੱਥੇ ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਔਰ ਮੈਂ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਮੈਂ ਹੁਣ ਦਰਸ਼ਕਾਂ ਨੂੰ ਆਪਣੇ ਕਹਿ ਦੇਵਾਂ ਅਸੀਂ ਫੋਨ ਲਾਈਨਸ ਖੋਲ ਦਿੱਤੀਆਂ ਜੀ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਹੁਣ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਇਸ ਬ੍ਰੇਕ ਤੋਂ ਬਾਅਦ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ ਤੋਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਸਾਡੇ ਨਾਲ ਅਟਰਨੀ ਜੁੜੇ ਸੀਗੇ ਅਨੂ ਪੇਸ਼ਾਵਰੀਆ ਜੀ ਅਸੀਂ ਸਾਡੇ ਨਾਲ ਕੱਲ੍ਹ ਸੁੱਖੀ ਚਾਹਲ ਜੀ ਜੁੜੇ ਸੀਗੇ ਸੋਸ਼ਲ ਐਕਟੀਵਿਸਟ ਕੈਲੀਫੋਰਨੀਆ ਤੋਂ ਅਸੀਂ ਉਹਨਾਂ ਨਾਲ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਨੂੰ ਤਾਰੂਫ ਕਰਾਇਆ ਅਨੂ ਜੀ ਦੇ ਨਾਲ ਔਰ ਜਿਨ੍ਹਾਂ ਨੇ ਸਾਨੂੰ ਅਹਿਮ ਜਾਣਕਾਰੀਆਂ ਅੱਜ ਦਿੱਤੀ ਇਸ ਮੰਚ ਦੇ ਉੱਤੇ ਔਰ ਤੁਸੀਂ ਵੀ ਉਹਨਾਂ ਜਾਣਕਾਰੀ ਨੂੰ ਸਮਝਿਆ
चाहते हैं कि तुसी भी अपने प्रतिक्रम सानू दो हेठ लिखे नंबर के उत्ते कॉल कर सकते हो या फिर मैं मेल कर सकते हो harkirat@justbroadcasting.com info@justbroadcasting.com के उत्ते। हेलो सत श्रीकाल जी, तुम ऑन एयर हो, कौन बोल रहे हो, कितों बोल रहे हो? हाँ जी सत श्रीकाल जी, मैं जसपाल सिंह बोल रहा जी। सत श्रीकाल जसपाल सिंह जी, की विचार साझे करना चाहोगे? सारे कुछ देख के मैं एक चीज इस पॉइंट तक पहुंचा कि जो साढ़े बच्चे सफर कर रहे हैं जी, इन्हों का प्रॉब्लम असं आप है। ठीक है, कुछ तो साढ़े लीडर जोड़े ने उन्होंने मिसगाइडेंस तो जो कुछ वो कर रहे हैं करप्ट मामले के हिसाब न ਉਹਨਾਂ ਬੱਚਿਆਂ ਜਿੱਦਾਂ ਹੁਣ ਦੇਖੋ ਸਾਡੇ ਅੱਗੇ ਨੌਜਵਾਨ ਜਿਹੜੇ ਸਨ ਉਹ ਸਪੋਰਟਸ ਵਿੱਚ ਵੀ ਹਮੇਸ਼ਾ ਲੀਡ ਕਰਦੇ ਸੀ, ਡਿਫੈਂਸ ਫੋਰਸਿਸ ਵਿੱਚ ਲੀਡ ਕਰਦੇ ਸੀ, ਹਰ ਪਾਸੇ ਬਿਜ਼ੀ ਸਨ ਉਹਨਾਂ ਨੂੰ, ਮਤਲਬ ਨੌਕਰੀਆਂ ਦੀ ਕੋਈ ਦਿੱਕਤ ਨਹੀਂ ਸੀ। ਔਰ ਖਾਸ ਕਰਕੇ ਮਾਲਵਾ ਤੇ ਮਾਝਾ ਤੇ ਬਿਲਕੁਲ ਬਿਲਕੁਲ ਬਾਹਰ ਨਹੀਂ ਸੀ ਹੁੰਦਾ, ਦੁਆਬੇ ਚੋਂ ਲੋਕ ਬਾਹਰ ਹੁੰਦੇ ਸਨ ਕਿਉਂਕਿ ਉੱਥੇ ਥੋੜ੍ਹੀ ਜ਼ਮੀਨ ਘੱਟ ਸੀ। ਠੀਕ ਹੈ, ਫੌਜ ਵਿੱਚ ਸਨ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਤੋਂ ਬਾਅਦ ਇੰਗਲੈਂਡ 60s ਦੇ ਵਿੱਚ ਲੋਕ ਆਉਣੇ ਸ਼ੁਰੂ ਹੋਏ। ਠੀਕ ਹੈ, ਉੱਥੇ ਕੋਈ ਨਹੀਂ ਸੀ ਜਾਣ ਕੇ ਰਾਜੀ, ਲੇਕਿਨ ਜਿਹੜੇ ਹੁਣ ਜੋ ਹਾਲਾਤ ਸਾਡੇ ਨਾਲ ਪੰਜਾਬ ਵਿੱਚ ਹੋ ਰਹੇ ਨੇ, ਸਾਰੇ ਕੁਛ ਜਿਹੜੇ ਅੱਜ ਕੱਲ੍ਹ ਖਾਸ ਕਰਕੇ ਅੱਜ ਦੇ ਹਾਲਾਤ ਨੇ, ਕਿਸੇ ਵੀ ਇੰਨੀ ਡਰੱਗ ਲੈਣੀ ਜਿਹੜੀ ਔਰ ਇਸ ਤਰ੍ਹਾਂ ਅਨਇੰਪਲੋਇਮੈਂਟ ਜਿਹੜੀ ਹੋਣੀ ਔਰ ਕਿਸੇ ਨੂੰ ਕੋਈ ਕਦਰ ਨਹੀਂ ਕਿਸੇ ਦੀ ਪੜ੍ਹਾਈ ਦੀ, ਉਹ ਸਾਰੇ ਉਹਨਾਂ ਬੱਚਿਆਂ ਦੇ ਵਿੱਚ ਉੱਪਰ ਮਤਲਬ ਇਸ ਤਰ੍ਹਾਂ ਬੋਝ ਪੈਂਦਾ ਛੱਡ ਕੇ ਆਉਣਾ ਚਾਹੁੰਦੇ ਨੇ, ਲੇਕਿਨ ਆ ਕੇ ਜੋ ਕੁਛ ਵੀ ਉਹ ਹਰ ਟੀਪ ਤੱਪੜ ਉੱਪਰ ਉਹ ਸਮਝਦੇ ਸਾਡੀ ਉੱਥੇ ਜਾਨ ਦੇਣ ਨਾਲੋਂ ਸਾਨੂੰ ਬਾਹਰ ਜਾਣ ਦੇ ਦੇਣੀ ਸੌਖੀ ਆ। ਠੀਕ ਹੈ, ਜੇ ਅਸੀਂ ਕਹਿੰਦੇ ਸਾਡੇ ਕੋਲ ਪਹੀਏ ਆਉਂਦੇ, ਅਸੀਂ ਇੱਥੇ ਪਹੀਆਂ ਨਾਲੋਂ ਕੋਈ ਘੱਟ ਨਹੀਂ ਆ। ਠੀਕ ਹੈ, ਥੈਂਕ ਯੂ ਜਸਪਾਲ ਸਿੰਘ ਜੀ, ਮਿਹਰਬਾਨੀ ਤੁਹਾਡੀ, ਬੜੇ ਸਾਰੇ ਕਾਲਰਸ ਨੇ, ਉਹਨਾਂ ਦੇ ਵਿਚਾਰ ਆਪਾਂ ਜ਼ਰੂਰ ਲੈਣਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਵਾਲੀਆ ਜੀ, ਮੈਂ ਤੁਹਾਡਾ ਭਾਸ਼ਣ ਸੁਣਿਆ, ਪਰ ਗੱਲ ਇਹ ਆ ਵੀ ਸਾਡੇ ਲੋਕਾਂ ਨੂੰ ਟਾਈਮ ਤੁਸੀਂ ਘੱਟ ਦਿੰਦੇ ਆ। ਉਸ ਤੋਂ ਬਾਅਦ ਮੈਂ ਇੱਕ ਜ਼ਰੂਰੀ ਗੱਲ ਕਹੂੰਗਾ, ਤੁਸੀਂ ਲੈ ਕੇ ਤਾਂ ਜਿਹੜਾ ਮੁੱਦਾ ਆਏ ਆ ਜੋ ਵਕੀਲ ਕੋਲੋਂ ਗੱਲਬਾਤ ਸੁਣੀਆਂ, ਇਹ ਗੱਲਾਂ ਸਾਰੇ ਲੋਕੀ ਜਾਣਦੇ ਆ ਜਿੰਨੇ ਤੁਹਾਡਾ ਟੀਵੀ ਸੁਣਦੇ ਆ। ਰਹਿ ਗਈ ਗੱਲ ਨੌਜਵਾਨ ਮੁੰਡਿਆਂ ਦੀ, ਨੌਜਵਾਨ ਕੁੜੀਆਂ ਦੀ, ਯੂਨੀਵਰਸਿਟੀ ਵਾਲਿਆਂ ਦੀ, ਸਭ ਤੋਂ ਪਹਿਲਾਂ ਸਾਡੀਆਂ ਸਰਕਾਰਾਂ ਡੁੱਬ ਕੇ ਮਰ ਜਾਣ, ਵਿੱਚ ਅਕਾਲੀ ਵਿੱਚ ਕਾਂਗਰਸ, ਉਹਨਾਂ ਨੇ ਜਿੰਨੇ ਕਾਂਡੀਆਂ 10 ਸਾਲਾਂ 'ਚ ਸਾਡੇ ਇੱਕ ਪੀੜ੍ਹੀ ਖਤਮ ਕਰ ਦਿੱਤੀ ਨੌਜਵਾਨਾਂ ਦੀ, ਮਾਰ ਦਿੱਤੇ ਨਸ਼ਿਆਂ ਨਾਲ। ਹੁਣ ਘਰਾਂ ਦੇ ਜਿਹੜੇ ਜਿੰਨੇ ਲੀਡਰ ਆ ਉਹਨਾਂ ਦਾ ਪੁੱਤ ਨਹੀਂ ਮਰਿਆ ਕੋਈ, ਉਹਨਾਂ ਦੀ ਧੀ ਨਹੀਂ ਮਰੀ, ਉਹ ਤਾਂ ਨਹੀਂ ਮਰੇ, ਜਿੰਨੇ ਵੀ ਅਨਪੜ੍ਹ ਜਿੰਨੇ ਸਾਡੇ ਯੂਨੀਵਰਸਿਟੀ ਦੇ ਮੁੰਡੇ ਆ ਉਹਨਾਂ ਸਾਰਿਆਂ ਨੂੰ ਗਲਾਂ ਪੇ ਮਾਰਤਾ, ਉਹਨਾਂ ਦਾ ਫਿਊਚਰ ਨਹੀਂ ਦਿੱਤਾ, ਪਰਿਵਾਰ ਦਾ ਵਿਚਾਰ ਕੀ ਆ, ਇੱਕ ਕਮਾਊ ਉੱਠਦਾ ਆ ਉਹਨੂੰ ਵਿਚਾਰੇ ਨੂੰ ਕਿਸੇ ਪਾਸੇ ਨਿਕਲਣ ਦਿਓ, ਸਾਰਾ ਪੰਜਾਬ ਵੱਟ ਕੇ ਖਾ ਲਿਆ। ਉਸ ਤੋਂ ਬਾਅਦ ਮੋਦੀ ਆ 300 ਬੰਦੇ ਨੂੰ ਲੈ ਕੇ ਬਾਹਰ, ਅੱਜ ਮੈਂ 3000 ਕਰੋੜ ਰੁਪਇਆ ਖਰਚ ਕਰ ਦਿੱਤਾ 4 ਸਾਲਾਂ ਦੇ ਵਿੱਚ, ਮੋਦੀ ਨੇ ਕਿਹਨੂੰ ਕੀ ਦਿੱਤਾ, ਮੋਦੀ ਨੇ ਬੇੜਾ ਗਰਕ ਕਰ ਦਿੱਤਾ, ਜਿੰਨੀਆਂ ਇੱਧਰ ਮੈਸੀਆਂ ਆ ਜਪਾਨ ਅਮਰੀਕਾ ਕਨੇਡਾ ਇੰਗਲੈਂਡ ਸਾਰੇ ਚੋਰ ਬੈਠੇ ਆ, ਲੋਕਾਂ ਕੋਲ ਪਾਸਪੋਰਟ ਦੇ ਪੈਸੇ ਮੰਗਦੇ ਆ, ਬਾਹਰ ਜਾਇਬ ਛੱਡੇ ਆ, ਲੋਕੀ ਪੈਸੇ ਦੇਣ ਤਾਂ ਪਾਸਪੋਰਟ ਦਿੰਦੇ ਆ, ਇਹ ਵੀਜ਼ਾ ਨਹੀਂ ਦਊਗੇ। ਮੋਦੀ ਆਇਆ 3 ਸਾਲ ਤੋਂ, ਸਾਡੇ ਚੋਰੀ ਵਧੀ ਆ, ਸਾਡੇ ਇਹਨਾਂ ਨੇ ਕਰਪਸ਼ਨ ਵਧਾਈ ਆ, ਬੇੜਾ ਗਰਕ ਕਰ ਦਿੱਤਾ ਕੈਪਟਨ ਨੇ, ਬੇੜਾ ਗਰਕ ਕਰਤਾ ਮੋਦੀ ਨੇ, ਇਹ ਤਾਂ ਹੀ ਹੁਣ ਕਹਿੰਦੇ ਆ ਚੌਕੀਦਾਰ ਚੋਰ ਆ, ਇਹ ਚੋਰ ਹੁਣ ਵੀਜ਼ਾ ਨਹੀਂ ਕਿਸੇ ਦੇ ਕਦੇ ਛਾਪਾ ਮਾਰਿਆ, ਨਾ ਅਕਾਲੀ ਬਣਿਆ ਕਰੋੜਾਪਤੀ, ਨੌਜਵਾਨ ਸਾਡੇ ਮੁੰਡੇ ਪੰਜਾਬ ਦੇ ਮਾਰ ਦਿੱਤੇ ਆ, ਹੁਣ ਉਹ ਕੀ ਕਹਿਣ ਵੀ ਤੇਰੇ ਫਿਊਚਰ ਇਹੀ ਆ ਵੀ ਹੌਲੀ ਸਮੇਂ ਕਰਕੇ ਬਾਅਦ ਧੱਕੇ ਖਾਣ ਆਉਂਦੇ ਆ ਆਪਣੇ ਮਾਂ ਪਿਓ ਦਾ ਫਿਊਚਰ, ਉਹਦੇ ਕੋਲ ਬਲਾਸ ਹੋ ਜਾਵੇ ਰਾਜ ਦੇ ਪੈਸਾ ਨਹੀਂ, ਆਪਣੇ ਬਾਦਲ ਨੇ ਤਾਂ ਆਪਣੀ ਜਨਾਨੀ ਦਾ ਵੀ ਰਾਜ ਬਾਹਰੋਂ ਕਰਾ ਲਿਆ ਸੀ ਆਪਣੇ ਗਵਰਨਮੈਂਟ ਦੇ ਖਾਤੇ ਵਿੱਚੋਂ, ਉਹਨਾਂ ਮੁੰਡੇ ਵਿਚਾਰੇ ਕਿਹਨੂੰ ਕਰਨ, ਆਪਣਾ ਜੋ ਪੇ ਬਿਮਾਰ ਆ, ਮਾਂ ਬਿਮਾਰ ਆ, ਸਾਰੀ ਬੈਲਟ ਜਿੰਨੀ ਕੈਂਸਰ ਨਾਲ ਬਰਬਾਦ ਹੋ ਗਈ ਆ, ਇਸ ਗੱਲ ਦੀ ਉਹਨਾਂ ਭਾਵਨਾ ਮੁੰਡਿਆਂ ਨੂੰ ਅਸੀਂ ਸਲੂਟ ਕਰਦੇ ਆ, ਵਿਚਾਰੇ ਔਖੇ ਹੋ ਕੇ ਵੀ ਆਉਂਦੇ ਆ, ਇਹਨਾਂ ਦਾ ਮਦਦ ਕਰੋ ਜਿੰਨੀ ਵੀ ਆ, ਪੰਜਾਬ ਦਾ ਜਿੰਨਾ ਬੇੜਾ ਗਰਕ ਕੀਤਾ ਡੀਟਲਾਂ ਨਾ, ਡੀਟਲਾਂ ਨੂੰ ਚੱਲਦਾ ਕਰੋ, ਇਹਨਾਂ ਨੂੰ ਚੱਪੜੀ ਤੇ ਬਹਿ ਕੇ ਨੱਕ ਤੋੜ ਕੇ ਮਰ ਜਾਣਾ ਚਾਹੀਦਾ ਸਾਰਿਆਂ ਨੂੰ, ਜਿਹੜੇ ਸਾਡੀ ਨੌਜਵਾਨੀ। ਮਿਹਰਬਾਨੀ ਜੀ, ਮਿਹਰਬਾਨੀ, ਆਪਾਂ ਕਿਸੇ ਦੇ ਉੱਤੇ ਨਿੱਜੀ ਅਟੈਕ ਨਾ ਕਰੀਏ, ਆਪਾਂ ਆਪਣੇ ਸ਼ਬਦਾਵਲੀ ਦਾ ਧਿਆਨ ਰੱਖੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਭੁਪਿੰਦਰ ਬਾਟ ਵੇਸ਼ੀਗਾ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਟ ਜੀ, ਕੀ ਵਿਚਾਰ ਸਾਂਝੇ ਕਰਨਾ ਚਾਹੋਗੇ? ਮੈਂ ਭਾਜੀ ਇਹੀ ਜਿਹੜੀ 300 ਫੜੇ ਗਏ ਆ ਨਾ ਉੱਥੇ ਡਿਟੈਂਸ਼ਨ ਸੈਂਟਰ 'ਚ, ਉਹਦੀ ਪਹਿਲਾਂ ਵੀ ਗੱਲਬਾਤ ਹੋਈ ਆ ਆਪਣੇ ਬੰਦਿਆਂ ਨੇ ਕੀਤੀ ਆ, ਕਿ ਜਿਹੜੇ ਇਮੀਗ੍ਰੇਸ਼ਨ ਇੱਥੋਂ ਦੀ ਗਵਰਨਮੈਂਟ ਆ ਨਾ, ਉਹਨਾਂ ਨੇ ਭਰੋਸਾ ਦਿੱਤਾ ਸੀ ਵੀ ਅਸੀਂ ਇਹਨਾਂ ਨੂੰ ਵਾਪਸ ਨਹੀਂ ਭੇਜਾਂਗੇ, ਇਹ ਤੁਹਾਡੇ ਜਿਹੜੇ ਇੱਥੇ ਫੜੇ ਨੇ ਮਿਸ਼ੀਗਨ ਵਿੱਚ ਵੀ, ਉਹ ਵੀ ਇਹਨੇ ਸਾਰੇ ਪਹੁੰਚਾ ਲੈਣੇ ਆ, ਪਰ ਗਾਂਹ ਦਾ ਕੁਝ ਭਰੋਸਾ ਨਹੀਂ, ਗਾਂਹ ਕੀ ਹੋਣਾ ਵਾ, ਐਤਕੀ ਤਾਂ ਇਹ ਸਾਰੇ ਸੈਟਲ ਡਾਊਨ ਹੋ ਜੂ, ਪਰ ਪੰਜਾਬ ਦੀ ਇਕੋਨਮੀ ਇਹੋ ਜਿਹੀ ਆ, ਲੋਕੀ ਆਪੇ ਆਉਂਦੇ ਆ ਉੱਥੇ, ਲੋਕੀ ਕੰਮ ਕਾਰੋਬਾਰ ਨਹੀਂ ਆ, ਹੁਣ ਇਹਨਾਂ ਨੂੰ ਕਹਿੰਦੇ ਆ ਵੀ ਗੁਟਕਾ ਦੇ ਦਿਓ, ਇਹਨਾਂ ਡਿਟੈਂਸ਼ਨ ਸੈਂਟਰ ਵਿੱਚ ਇਹਨਾਂ ਨੂੰ ਗੁਟਕਾ ਦੇ ਦਿਓ, ਗੁਟਕੇ ਨਾਲ ਕੀ ਹੁੰਦਾ ਭਾਜੀ,
ਜੀ ਰੋਟੀ ਬਿਨਾਂ ਢਿੱਡ ਨਹੀਂ ਭਰਦਾ, ਗੁੜਕੇ ਨਾਲ ਤਾਂ ਸਿਰਫ ਕੈਪਟਨ ਵਰਗਿਆਂ ਦੀਆਂ ਸਰਕਾਰਾਂ ਮੰਨਦੀਆਂ ਜਿਹੜੇ ਗੁੜਕੇ ਦਿਖਾਉਂਦੇ ਆ। ਬਾਕੀ ਮੈਂ ਤੁਹਾਨੂੰ ਗੱਲ ਕਰਨੀ ਸੀ, ਆ ਜਦੋਂ ਬਿਲ ਕਲਿੰਟਨ ਗਿਆ ਸੀਗਾ ਉਦੋਂ ਬਿਲ ਗੇਟ ਉੱਥੇ ਗਿਆ ਸੀਗਾ ਮੋਹਾਲੀ, ਉਹਨੇ ਉੱਥੇ ਜ਼ਮੀਨ ਮੰਗੀ ਉਹਦੀ ਟੀਮ ਨੇ, ਤੇ ਇਹਨੇ ਜੇ ਸਾਰੇ ਨੇ ਆ ਜਿਹੜੇ ਸੁਖਬੀਰ ਬਾਦਲ ਤੇ ਮਜੀਠੀਆ ਕਹਿੰਦੇ ਸਾਨੂੰ ਤਾਂ ਡੰਗਰਾਂ ਦੀ ਮੱਝਾਂ ਗਾਵਾਂ ਦੀ ਯੂਨੀਵਰਸਿਟੀ ਦੇ ਦਿਓ। 2,000 ਕਰੋੜ ਦੀ ਇੰਡਸਟਰੀ ਬੈਂਗਲੌਰ ਚਲੇ ਗਈ ਸੀ ਇੱਕ ਵਾਰ ਦਿਨ ਦੀ ਰਿਕਾਰਡ, ਤੇ ਹੋਰ ਤਾਂ ਮੈਂ ਕੀ ਕਹਿਣਾ ਭਾਜੀ। ਥੈਂਕ ਯੂ ਪਾਠ ਸਾਹਿਬ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ। ਤਾਂ ਇੱਥੇ ਜਿਵੇਂ ਸਾਨੂੰ ਦਰਸ਼ਕ ਦੱਸ ਰਹੇ ਨੇ ਕਿ ਸਾਨੂੰ ਪੰਜਾਬ ਦੀ ਇਕਾਨਮੀ ਨੂੰ ਸਟਰੋਂਗ ਕਰਨ ਦੀ ਲੋੜ ਹੈਗੀ ਹੈ, ਜਦ ਤੱਕ ਪੰਜਾਬ ਦੀ ਇਕਾਨਮੀ ਸਟਰੋਂਗ ਨਹੀਂ ਹੁੰਦੀ ਪੰਜਾਬ ਦੇ ਅਸਲ ਮੁੱਦੇ ਜਿਹੜੇ ਨੇ ਉਹਨਾਂ ਨੂੰ ਜ਼ਮੀਨੀ ਪੱਧਰ 'ਤੇ ਨਹੀਂ ਲੈ ਕੇ ਆਇਆ ਜਾ ਸਕਦਾ। ਤਾਂ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਪ੍ਰੇਰਿਤ ਹੁੰਦਾ ਬਾਹਰ ਜਾਣ ਦੇ ਲਈ। ਬੜੇ ਸਾਰੇ ਕਾਲਰ ਸਿਸਟਮ ਜੁੜੇ ਹੋਏ ਹਨ, ਮੈਂ ਤੁਹਾਡੇ ਵਿਚਾਰ ਜ਼ਰੂਰ ਲਵਾਂਗਾ। ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ ਹਰਕੀਰਤ ਐਟ ਜਸ ਬ੍ਰੋਡਕਾਸਟਿੰਗ ਡੋਟ ਕੋਮ, ਇਨਫੋ ਐਟ ਜਸ ਬ੍ਰੋਡਕਾਸਟਿੰਗ ਡੋਟ ਕੋਮ 'ਤੇ। ਉੱਥੇ ਸਿਰਫ ਰੁਕਣਾ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ। ਸੋ ਮੁੜ ਹਾਜ਼ਰ ਤੁਹਾਡੀ ਖਿਦਮਤ ਦੇ ਵਿੱਚ, ਅੱਜ ਦਾ ਮੁੱਦਾ ਲੈ ਕੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ, ਉਹਨਾਂ ਦੇ ਵਿਚਾਰ ਆਪਾਂ ਸਾਂਝੇ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂ ਜੀ, ਹਰਕੀ ਗੁਰਦੇਵ ਗਰੇਵਾਲ ਬੋਲ ਰਿਹਾ, ਕੈਲੀਫੋਰਨੀਆ ਤੋਂ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਕੀ ਹਾਲ ਚਾਲ ਤੁਹਾਡਾ? ਠੀਕ ਹੋ? ਹਾਲ ਠੀਕ ਆ ਕਾਕੇ, ਜ਼ਰੂਰ ਦੱਸ। ਵੇਲੇ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਕੋਈ ਐਡਰੈਸ ਵਗੈਰਾ ਖੁੱਲ੍ਹਣ ਨੂੰ ਕਰਨ ਜਾ ਪੈਣੇ ਤਾਂ ਕਿ ਲੋਕ ਇੱਧਰ ਨੂੰ ਮਹੀਰਾ ਨਾ ਕੱਤਣ। ਦੂਜੀ ਗੱਲ ਹੈਗੀ ਆ ਬਈ, ਜੇ ਕਿਸੇ ਨੂੰ ਵੀ ਸਮਝਾਓ ਨਾ ਜਾ ਕੇ ਬਈ ਆਪਣੇ ਬੱਚੇ ਨੂੰ ਨਾ ਭੇਜੋ, ਲੋਕ ਹਟਦੇ ਨੀ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਨੀ ਹਟਦੇ ਹੈਗੇ, ਏਦਾਂ ਹੀ ਕਹਿਣਾ ਸੀ। ਸਤਿ ਸ੍ਰੀ ਅਕਾਲ, ਤਾਂ ਬਹੁਤ ਕਾਲ। ਥੈਂਕ ਯੂ ਵੈਰੀ ਮਚ ਗਰੇਵਾਲ ਸਾਹਿਬ, ਹੋਰ ਵੀ ਸਾਡੇ ਨਾਲ ਕਾਲਰਸ ਨੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਹਾਂਜੀ, ਮੈਂ ਗੁਰਮਨ ਸਿੰਘ ਬੋਲ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਜੀ ਪੰਜਾਬ ਗੌਰਮੈਂਟ ਨੂੰ ਇਹਨਾਂ ਨੱਥ ਪਾਉਣੀ ਚਾਹੀਦੀ ਹੈ, ਟਰੈਵਲ ਏਜੰਟਾਂ ਦੇ ਜੀ, ਜਿਹੜੇ ਨਾ ਬਣੇ ਹੋਏ ਨਾ ਟਰੈਵਲ ਏਜੰਟ, ਇਹ ਸਭ ਖਰਾਬ ਕਰ ਰਹੇ ਲੋਕਾਂ ਨੂੰ ਜੀ। ਓਕੇ, ਹਾਂਜੀ, ਤੇ ਇਹ ਇਹਨਾਂ ਦੇ ਬਹੁਤ ਪੰਜਾਬ ਸਰਕਾਰ ਕੁਛ ਕਰੇ ਸਹੀ, ਲੋਕਾਂ ਨੂੰ ਵੀ ਇਹ ਚਾਹੀਦਾ ਕਿ ਆਪਣੇ ਆਉਣ ਤੋਂ ਪਹਿਲਾਂ ਸਭ ਕੁਛ ਵੈਰੀਫਾਈ ਕਰਨ। ਠੀਕ ਹੈ, ਠੀਕ ਹੈ, ਹਾਂਜੀ, ਤਾਂ ਹੀ ਇਹ ਠੱਲ ਪੈ ਰਹੇ, ਨਹੀਂ ਤਾਂ ਇਹ ਹਾਲਤ ਭੈੜੀ ਹੁੰਦੀ ਹੈ ਬਾਹਰ ਜਾ ਕੇ, ਪਤਾ ਇੰਨਾ ਰਹਿਣਾ ਔਖਾ ਸੌਖਾ, ਕਿਵੇਂ ਜੀ ਸੌਖਾ ਰਹਿ ਸਕਦਾ ਤੁਸੀਂ ਆ ਕੇ? ਮਿਹਰਬਾਨੀ ਜੀ, ਮਿਹਰਬਾਨੀ। ਹੈਲੋ, ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ੍ਰੀ ਅਕਾਲ ਜੀ, ਮੈਂ ਚੈਨ ਖੇੜਾ ਜੀਵਨ ਸਿੰਘ ਤੋਂ ਬੋਲਦਾ ਜੀ। ਸਤਿ ਸ੍ਰੀ ਅਕਾਲ ਜੀ, ਕੀ ਵਿਚਾਰ ਸਾਂਝੇ ਕਰਨਾ ਚਾਹੋਗੇ? ਮੈਂ ਤਾਂ ਇਹ ਦੱਸਣਾ ਚਾਹੁੰਦਾ ਕਿ ਜਿੱਦਾਂ ਬੱਚੇ ਕਿਆ ਕਰਨ, ਰੋਟੀ ਨਹੀਂ ਮਿਲਦੀ, ਨੌਕਰੀ ਨਹੀਂ ਮਿਲਦੀ ਜੀ, ਮੁਲਕ ਹੀ ਮਾੜਾ, ਕੋਈ ਚੰਗਾ ਲੀਡਰ ਨਹੀਂ ਮਿਲਿਆ ਪੰਜਾਬ ਨੂੰ। ਤੇ ਮੈਂ ਤਾਂ ਬਾਹਰ ਆਉਂਦਾ ਦੁੱਖ ਹੈ, ਆਉਂਦਾ ਬੰਦਾ ਬਾਹਰ, ਇਸ ਕਰਕੇ ਪੰਜਾਬ ਦਾ ਸੁਧਾਰ ਚਾਹੀਦਾ, ਪੰਜਾਬ ਚ ਚੰਗਾ ਲੀਡਰ ਆਵੇ ਤੇ ਮੁਲਕ ਦਾ ਸੋਚੇ। ਤੁਹਾਨੂੰ ਲੱਗਦਾ ਕਿ ਜਿਹੜੇ ਹੁਣ ਟਰੈਵਲ ਏਜੰਟ ਨੂੰ ਫੜ ਰਹੇ ਨੇ ਉਹਦੇ ਨਾਲ ਕੋਈ ਫਾਇਦਾ ਹੋਏਗਾ, ਜਾਂ ਫਿਰ ਫਿਊਚਰ ਦੇ ਵਿੱਚ ਕੀ ਕੁਝ ਇਹਨਾਂ ਨੂੰ ਸਿਕਿਉਰ ਕਰਨ ਦੀ ਲੋੜ ਹੈ ਟਰੈਵਲ ਏਜੰਟਾਂ ਨੂੰ ਫੜਨ ਤੋਂ ਇਲਾਵਾ? ਟਰੈਵਲ ਏਜੰਟ ਵੀ ਪੁਲਿਸ ਜਿਹੜੀ ਆ, ਜਿਹੜਾ 40 ਲੱਖ ਲੈਂਦੇ ਆ, 2 ਲੱਖ ਪੁਲਿਸ ਨੂੰ ਦਿੰਦੇ, ਸਾਡੇ ਕੁਛ ਨੀ ਕਹਿੰਦਾ, ਬਦਲੀ ਚੱਲਦੀ ਹੈ ਜੀ, ਫੜ ਲੈਂਦੇ ਆ ਮੁਲਕ ਆ ਜਿਹੜਾ ਕੋਈ ਕਰਕੇ ਦੇਖੇ ਗਲਤ ਕੰਮ। ਠੀਕ ਹੈ ਜੀ, ਇਸ ਕਰਕੇ ਠੀਕ ਹੈ ਜੀ, ਪੰਜਾਬ ਵਿਚ ਬਹੁਤ ਲੋਕਾਂ ਨੂੰ ਪਤਾ ਨੀ ਗਾ ਇਹ ਗੱਲ ਕਿੱਦਾਂ ਚੱਲਣੀ ਕਿੱਦਾਂ ਨੀ ਚੱਲਣੀ। ਪਹਿਲੀ ਗੱਲ ਤੇ ਕਿਸੇ ਇੱਕ ਮੇਰੇ ਵੀਰ ਨੇ ਕਿਹਾ ਹੈਗਾ ਵੀ ਪੰਜਾਬ ਦੀ ਇਕੋਨਮੀ ਜਿਹੜੀ ਹੈਗੀ ਆ ਉਹਦੇ ਲਈ ਅਸੀਂ ਕਰ ਸਕਦੇ ਹਾਂ, ਇਹਦੇ ਪੰਜਾਬ ਦੀ ਸਰਕਾਰ ਜਾਂ ਭਾਰਤ ਸਰਕਾਰ ਨੇ ਦੇਣਾ, ਜੇ ਉਹ ਲੋਕਾਂ ਨੂੰ ਸਹੀ ਮੁੱਲ ਦੇਣਗੇ ਤੇ ਤਾਂ ਇਕੋਨਮੀ ਬਦਲੇਗੀ, ਅਸੀਂ ਕਿਹਨਾਂ ਕੋਠੇ ਦੇ ਦਿਆਂਗੇ। ਠੀਕ ਹੈ, ਹੁਣ ਮੈਂ ਉਸ ਪਾਸੇ ਆ ਰਿਹਾ, ਤੁਸੀਂ ਮੁੱਦਾ ਸ਼ੁਰੂ ਕੀਤਾ ਹੈਗਾ ਵਾ ਬੱਚਿਆਂ ਦੇ ਬਾਹਰ ਆਉਣ ਦਾ ਜੀ, ਮੈਂ ਤੁਹਾਨੂੰ ਆਪਣੀ ਇੱਕ ਮਿਸਾਲ ਦਿੰਦਾ ਵਾ, ਮੇਰੇ 5 ਗ੍ਰੈਂਡਸਨ ਤੇ ਗ੍ਰੈਂਡ ਡਾਟਰ ਜਿਹੜੇ ਨੇਗੇ ਉਹ ਕੈਨੇਡਾ ਤੇ ਆਸਟ੍ਰੇਲੀਆ ਚ ਆਏ ਨੇਗੇ, ਓਕੇ, ਲੇਕਿਨ ਉਹ ਮੈਰਿਟ ਤੇ ਆਏ ਨੇਗੇ। ਠੀਕ ਹੈ, ਮੈਰਿਟ ਤੇ ਆਉਣ ਤੋਂ ਬਾਅਦ ਉਹਨਾਂ ਨੂੰ ਆਉਂਦਿਆਂ ਸਾਰੀ ਜੋਬ ਮਿਲੀ, ਆਪਣਾ 3 ਮਹੀਨੇ ਬਾਅਦ ਉਹਨਾਂ ਨੂੰ ਟਾਈਮ ਮਿਲ ਗਿਆ ਜੋਬ ਕਰਨ ਦਾ, ਔਰ ਫੀਸਾਂ ਉਹਨਾਂ ਦੀਆਂ ਇੰਨੀਆਂ ਮਿਨੀਮਮ ਸੀਗੀਆਂ ਜਿਹਦਾ ਕੋਈ ਗੱਲ ਹੀ ਨਹੀਂ ਸੀਗਾ। ਜਿਹੜੀ ਮੇਰੀ ਗ੍ਰੈਂਡ ਡਾਟਰ ਜਿਹੜੀ ਹੈਗੀ ਆ ਛੋਟੀ, ਮੇਰੇ ਛੋਟੇ ਭਰਾ ਦੀ, ਉਹ ਆਸਟ੍ਰੇਲੀਆ 'ਚ ਹੈਗੀ ਆ, ਉਹਨੂੰ ਸਾਲ ਪਿੱਛੋਂ ਛੁੱਟੀ ਮਿਲਦੀ ਮਹੀਨੇ ਦੀ ਵਿਦ ਪੇ, ਨਾਲ ਕੰਪਨੀ ਉਹਨੂੰ ਤਨਖਾਹ ਦੇ ਰਹੀ ਹੈਗੀ ਆ ਉਹਦੀ। ਠੀਕ ਹੈ, ਮੇਰੇ 3 ਗ੍ਰੈਂਡ ਡਾਟਰ ਗ੍ਰੈਂਡ ਸਨ ਜਿਹੜੇ ਕੈਨੇਡਾ 'ਚ ਨੇਗੇ, ਉਹਨਾਂ ਨੂੰ ਵੀ ਇਸ ਵੇਲੇ ਇੰਨਾ ਕੁਝ ਜਿਹੜਾ ਸਾਬ ਹੀ ਨੇਗਾ। ਮੈਂ ਕਹਿੰਦਾ ਵੇਖੋ, ਪੰਜਾਬ ਦੇ ਲੋਕਾਂ ਨੂੰ
ਘੱਟੋ ਘੱਟ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਪੜ੍ਹਾਉਣਾ ਚਾਹੀਦਾ ਹੈ। ਜੇ ਉਹ 50 ਲੱਖ ਰੁਪਇਆ ਦੇ ਕੇ ਲੋਕਾਂ ਨੂੰ ਭੇਜ ਸਕਦੇ ਆ ਤੇ 10-15 ਲੱਖ ਰੁਪਇਆ ਦੇ ਕੇ ਕਿੰਜੇ ਚੰਗੇ ਸਕੂਲ ਚੋਂ ਉਹਨੂੰ ਚੰਗੀ ਕਿਉਂ ਨੀ ਕਰਵਾ ਸਕਦੇ ਪਲੱਸ ਟੂ? ਪਲੱਸ ਟੂ ਕਰਾਉਣ ਤੋਂ ਬਾਅਦ ਤੁਸੀਂ 5-7 ਲੱਖ ਰੁਪਇਆ ਖਰਚ ਕੇ ਆਈਲੈਟ ਕਰਵਾ ਸਕਦੇ ਉੱਥੇ, ਲੇਕਿਨ ਕਿਉਂ ਨੀ ਇਹ ਕਰਵਾਉਂਦੇ? ਇਹ ਇਹ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈਗੀ ਆ। ਤੁਸੀਂ ਬਹੁਤ ਵੱਡਾ ਬਹੁਤ ਵੱਡੀ ਹਿੰਮਤ ਕਰ ਰਹੇ ਹੋ, ਲੇਕਿਨ ਇੱਥੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਆਗਾਹ ਕਰਾਂਗੇ ਆਪਾਂ ਵੀ ਤੁਸੀਂ ਸਹੀ ਰਸਤੇ ਤੇ ਆਓ? ਤੁਸੀਂ ਠੀਕ ਹੈ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੁੱਦਾ ਲਾਉਣ ਵਾਸਤੇ। ਥੈਂਕ ਯੂ ਵੈਰੀ ਮੱਚ ਜੀ। ਹੋਰ ਵੀ ਸਾਡੇ ਨਾਲ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਰਾਜ ਕੁਮਾਰ ਬੋਲ ਰਿਹਾ ਜੀ, ਮੈਂ ਵਰਜੀਨੀਆ ਤੋਂ। ਸਤਿ ਸ਼੍ਰੀ ਅਕਾਲ ਰਾਜ ਕੁਮਾਰ ਸਾਹਿਬ, ਕੀ ਹਾਲ, ਠੀਕ ਹੋ? ਬੜੀ ਠੀਕ ਠਾਕ ਜੀ, ਮੈਂ ਬਸ ਤੁਹਾਡਾ ਪ੍ਰੋਗਰਾਮ ਪੇ ਰਿਹਾ ਸੀ, ਬੜਾ ਦੁਖਦਾਈ ਤੇ ਬੜੇ ਮਾੜੇ ਹਾਲਾਤ ਨੇ ਜੀ। ਰਾਜ ਕੁਮਾਰ ਜੀ, ਭੈਣ ਜੀ ਦਾ ਫੋਨ ਨੰਬਰ ਜਿਹੜਾ ਆ ਰਿਹਾ ਸੀਗਾ ਜੀ, ਉੱਥੇ ਅਵੇਲੇਬਲ ਹੋਣਗੇ? ਨਹੀਂ ਜੀ, ਇਹ ਫੋਨ ਨੰਬਰ ਅਜੇ ਅਵੇਲੇਬਲ ਨਹੀਂ ਸੀਗਾ, ਲੇਕਿਨ ਆਪਾਂ ਜ਼ਰੂਰ ਇਹਨਾਂ ਨੂੰ ਹਾਲ ਫਿਲਹਾਲ ਅੱਗੇ ਹੋਰ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਲੈ ਕੇ ਆਵਾਂਗੇ, ਤਾਰੂਫ ਕਰਾਵਾਂਗੇ ਤੁਹਾਨੂੰ ਇਹਨਾਂ ਦੇ ਨਾਲ, ਤਾਂ ਕਿ ਤੁਸੀਂ ਇਹਨਾਂ ਦਾ ਨੰਬਰ ਲੈ ਕੇ ਇਹਨਾਂ ਨਾਲ ਤੁਸੀਂ ਸਾਂਝ ਪਾ ਸਕਦੇ ਹੋ। ਬਿਲਕੁਲ ਜੀ, ਬਿਲਕੁਲ, ਧੰਨਵਾਦ ਰਾਜ ਕੁਮਾਰ ਸਾਹਿਬ। ਔਰ ਵੀ ਸਾਡੇ ਨਾਲ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਆਪਣੇ ਵਾਲੀਆ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਮੁੱਦਾ ਬਹੁਤ ਸੋਹਣਾ ਲਿਆਂਦਾ ਮੈਂ ਨਾ, ਜਿਹੜੇ ਕਹਿੰਦੇ ਆ ਵੀ ਆਪਣੇ ਕੁਆਲੀਫਿਕੇਸ਼ਨ ਤੇ ਆਉਣਾ ਚਾਹੀਦਾ, ਪਰ ਜਿਹੜੇ ਏਜੰਟ ਆ ਇਹਨਾਂ ਦੇ ਕੋਈ ਨੱਥ ਪਾਉਣਾ ਹੈ ਨੀ? ਨਿਆਣੇ ਪੜ ਕੇ ਜਾ ਸਕਦੇ ਆ, ਉਹ ਤਾਂ ਉਹ ਵੀ ਬੰਦ ਹੋ ਜਾਂਦੇ ਆ ਇਸ ਕਰਕੇ ਜਿਹੜਾ ਏਦਾਂ ਦਿਖਾਉਂਦੇ ਆ। ਹੁਣ ਰਾਹ ਦੇ ਵਿੱਚ ਕਈ ਤਾਂ ਚਲੋ ਜਿਹੜੇ ਖਤਮ ਹੋ ਗਏ ਜਾਂ ਉਦਾਂ ਕਈ ਐਕਸੀਡੈਂਟ ਹੋਏ ਆ, ਇੱਕ ਤੁਹਾਨੂੰ ਪਨਾਮਾ ਦਾ ਵੀ ਹੋਇਆ ਸੀਗਾ, ਬਹੁਤ ਸਾਰੇ ਐਕਸੀਡੈਂਟ ਹੋਏ। ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ, ਮੇਰੇ ਕੋਲ ਸਮਾਂ ਨਹੀਂ ਹੈਗਾ, ਮੈਂ ਤੁਹਾਡੀ ਗੱਲ ਜ਼ਰੂਰ ਹੋਰ ਸੁਣਨਾ ਚਾਹੁੰਦਾ ਸੀਗਾ, ਔਰ ਲੇਕਿਨ ਮੈਂ ਇੱਥੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਜੇਕਰ ਅਜਿਹਾ ਤੁਹਾਡੇ ਨਾਲ ਕੁਝ ਹੋਇਆ, ਕੁਝ ਸ਼ੇਅਰ ਤੁਸੀਂ ਸਾਡੇ ਨਾਲ ਕਰਨਾ ਚਾਹੁੰਦੇ ਹੋ, ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkeerat@jazzbroadcasting.com, info@jazzbroadcasting.com ਦੇ ਉੱਤੇ, ਜਾਂ ਫਿਰ ਕੋਈ ਸੁਝਾਵ, ਕੋਈ ਸੁਜੈਸ਼ਨ, ਕੋਈ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਹੋ, ਤੁਸੀਂ ਜ਼ਰੂਰ ਮੈਨੂੰ ਮੇਲ ਕਰਕੇ ਲਿਖ ਸਕਦੇ ਹੋ। ਆਪਾਂ ਕੱਲ੍ਹ ਮਿਲਾਂਗੇ ਮੰਡੇ ਨੂੰ, ਔਰ ਨਵੇਂ ਮਸਲੇ ਦੇ ਨਾਲ ਮਿਲਾਂਗੇ, ਔਰ ਕਰਾਂਗੇ ਉਸ ਦੇ ਉੱਤੇ ਵੀ ਵਿਚਾਰ ਵਟਾਂਦਰਾ, ਔਰ ਕਰਾਂਗੇ ਤੁਹਾਡੇ ਨਾਲ ਅੱਜ ਦਾ ਮੁੱਦਾ। ਫਿਲਹਾਲ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ, ਰੱਬ ਰਾਖਾ।